ਹੁਣ ਇਹਨਾਂ ਤੋਂ 10 ਮਿੰਟ ਪਹਿਲਾਂ ਇੱਕ ਬੰਦਾ ਇੱਕ ਬੈੱਡ ਦੇ ਕੇ ਗਿਆ ਜਿਹੜਾ ਇਹਨਾਂ ਦੀ ਬੇਟੀ ਦੇ ਕੰਮ ਆਉਣਾ ਅਤੇ ਇੱਕ ਪੈਚ ਦੇ ਕੇ ਗਿਆ ਡੋਨੇਸ਼ਨ ਕਰਕੇ ਗਿਆ 10 ਮਿੰਟ ਪਹਿਲਾਂ ਅਤੇ ਦੇਖੋ ਨਾਲ ਹੀ ਮਰੀਜ਼ ਲੈਣ ਆ ਗਿਆ। ਮਤਲਬ ਮੈਨੂੰ ਲੱਗ ਰਿਹਾ ਹੁਣ ਕਿ ਮੈਨੂੰ ਪਹਿਲਾਂ ਆਉਣਾ ਚਾਹੀਦਾ ਸੀਗਾ ਬਹੁਤ। ਅਸੀਂ ਇੱਕ ਬਰਥਡੇ ਪਾਰਟੀ 'ਤੇ 1,00,000 ਰੁਪਇਆ ਫੂਕ ਦਿੰਦੇ ਹਾਂ 2,00,000 ਰੁਪਇਆ ਫੂਕ ਦਿੰਦੇ ਹਾਂ ਅਤੇ ਇਹਦੇ ਕੋਲ ਆਪਣੀ ਮਾਂ ਨੂੰ ਐਂਬੂਲੈਂਸ ਕਰਾਉਣ ਜੋਗੇ ਵੀ ਪੈਸੇ ਨਹੀਂ ਹੈਗੇ। ਮਤਲਬ ਹਫ਼ਤੇ ਦਾ ਇੱਕ ਦਿਨ ਜਾਂ ਥੋੜ੍ਹਾ ਸਮਾਂ ਜਿੰਨਾ ਵੀ ਕੱਢ ਲਵੋ ਉਹ ਵੀ ਕਿਸੇ ਨਾ ਕਿਸੇ ਲੇਖੇ ਲੱਗੂਗਾ, ਬਹੁਤ ਹੈਲਪਫੁਲ ਹੋ ਜੂ। ਇੱਕ ਘਰ ਦੀ ਇਨਕੁਆਇਰੀ ਹੋਏਗੀ, ਫਿਰ ਅਸੀਂ ਪੇਸ਼ੈਂਟ ਰੀਡ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਫਿਰ ਜਾ ਕੇ ਦਵਾਈਆਂ ਲੈ ਕੇ ਦਿੰਦੇ ਹਾਂ। ਤਾਂ ਸਭ ਤੋਂ ਵਧੀਆ ਚੀਜ਼ ਪਰਵਰਿਸ਼ 'ਚ ਐਡ ਆਨ ਕਰੋ, ਉਹਨਾਂ ਨੂੰ ਆਪਣੇ ਤੋਂ ਨੀਵੇਂ ਦਿਖਾਓ। ਤੁਸੀਂ ਦੇਖੋ ਨਾ ਬਈ ਰੋਜ਼ ਕਿੰਨੇ ਮਰੀਜ਼ ਕਿੰਨੀਆਂ ਆਸਾਂ ਨਾਲ ਆਉਂਦੇ ਨੇ ਕਿ ਸਾਡੀ ਕੋਈ ਸੁਣਵਾਈ ਕਰੇਗਾ ਸ਼ਾਮ ਨੂੰ। ਹੋਰ ਬਈ ਵਧੀਆ ਵੀਰੇ, ਤੁਸੀਂ ਦੱਸੋ। ਸ਼ੁਕਰ ਆ, ਬਹੁਤ ਸ਼ੁਕਰ ਆ ਬਈ, ਬਹੁਤ ਸ਼ੁਕਰ। ਆਪਾਂ ਐਵਰੀਡੇ ਹੁੰਦੇ ਸ਼ਾਮ ਨੂੰ, ਰੋਜ਼ ਰੋਜ਼ ਬਿਣਨਾ ਗਾ ਬਈ, ਫਰੋਮ ਪਾਸਟ 9 ਈਅਰਸ ਬਿਣਨਾ ਗਾ। ਦਿਵਾਲੀ, ਲੋਹੜੀ, ਨਵਾਂ ਸਾਲ ਸਭ ਇੱਥੇ। ਹਾਂਜੀ 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 ਬਾਈ ਜੀ ਬਾਈ। ਕਿੱਥੇ ਮਰੀਜ਼ ਇਹਨਾਂ ਦਾ? ਕਦੋਂ ਤੋਂ ਲਿਖਿਆ ਤੁਸੀਂ ਬੇਟਾ? 15 ਦਿਨ ਲਿਖਿਆ, ਫਿਰ ਕਿਉਂ ਨਹੀਂ ਜਾ ਰਹੇ? ਪੈਸੇ ਕੋਈ ਨਹੀਂ, ਸਾਰੇ ਅਸੀਂ ਲਾ ਦਿੰਦੇ ਹਾਂ, ਪੈਸਿਆਂ ਦੀ ਕੋਈ ਟੈਨਸ਼ਨ ਨਹੀਂ। ਪਰ ਜੇ ਉੱਥੇ ਜਾਣ ਲਈ ਕਹਿ ਰਹੇ ਨੇ ਤਾਂ ਜਾਇਓ, ਠੀਕ ਹੈ? ਕੋਈ ਇੰਨੀ ਟੈਨਸ਼ਨ ਲੈਣ ਵਾਲੀ ਗੱਲ ਨਹੀਂ। ਤੁਸੀਂ ਬੇਟਾ ਸਕੂਲ ਪੜ੍ਹਦੇ ਹੋ? ਕਿਉਂ, ਕਿਹੜੀ ਕਲਾਸ 'ਚੋਂ? 6th ਪੜ੍ਹੇ ਹੋ? ਪੜ੍ਹੇ ਕਿਉਂ ਨਹੀਂ? ਕਿੰਨੀਆਂ ਭੈਣਾਂ ਹੋ? ਦੂਜੀ ਭੈਣ ਵੀ ਨਹੀਂ ਪੜ੍ਹਦੀ ਹੋਣੀ? ਇਹ ਤਾਂ ਪੜ੍ਹਾ ਲੈਂਦੇ ਵੀਰ ਜੀ, ਇਹਨਾਂ ਨੇ ਤਾਂ ਗਰੀਬੀ ਕੱਟਣੀ ਸੀ ਅੱਗੇ। ਕੀ ਕੰਮ ਕਰਦੇ ਹੋ ਤੁਸੀਂ? ਹੈਂ, ਫੈਕਟਰੀ 'ਚ ਕੰਮ ਕਰਦੇ ਹੋ? ਅਤੇ ਇਹਨਾਂ ਦੱਸੋ, ਪੜ੍ਹਾ ਤਾਂ ਲੈਣਾ ਸੀਗਾ ਇਹਨਾਂ ਨੂੰ, ਪੜ੍ਹਾਉਣ 'ਚ ਤਾਂ ਕੋਈ ਪੈਸਾ ਨਾ ਲੱਗਣਾ। ਕਿੰਨੀ ਦੇਰ ਹੋ ਗਈ ਬੇਟਾ ਪੜ੍ਹਾਈ ਛੱਡੇ ਤੈਨੂੰ? ਘਰ ਦਾ ਕੰਮ ਕੁੰਮ ਫਿਰ ਤੂੰ ਹੀ ਕਰਦੀ ਹੁਣ? ਕਿੰਨੀ ਉਮਰ ਤੁਹਾਡੀ? 16। ਜਨਮਦਿਨ ਕਦੋਂ ਆਉਂਦਾ? 10 10 10। ਤੁਸੀਂ ਨਹੀਂ ਬੋਲਣਾ? ਨਹੀਂ ਪਤਾ? ਦੇਖ, ਕੁੜੀ ਨੂੰ ਜਨਮਦਿਨ ਨਹੀਂ ਪਤਾ ਤੇ ਸਾਡੇ ਵਾਲੇ ਸ਼ੈਂਪੀਅਨ ਖੋਲ ਕੇ 1,00,000 ਰੁਪਏ ਦੇ ਦਿੰਦੇ ਨੇ, ਉਹ ਪਾਰਟੀ। ਇਹ ਹੈ ਫਰਕ ਬਈ, ਮੈਂ ਲੋਕਾਂ ਨੂੰ ਜਿਹੜਾ ਦਿਖਾਉਣਾ ਚਾਹੁੰਦਾ ਅਸਲ ਫਿਲਮ, ਕਿ ਇੱਕ ਬੱਚੀ ਨੂੰ ਉਹਨਾਂ ਬਰਥਡੇ ਵੀ ਨਹੀਂ ਯਾਦ, ਮਾਂ ਮੰਜੇ 'ਤੇ ਹੈ। ਇਹ ਫਿਲਮ ਨਹੀਂ, ਅਸਲੀ ਸਟੋਰੀ ਆ ਨਾ। ਅਤੇ ਲੋਕ ਇਹ ਮਹਿਸੂਸ ਨਹੀਂ ਕਰ ਪਾ ਰਹੇ ਕਿ ਸਾਡੇ ਕੋਲ ਕਿੰਨਾ ਕੁਛ ਹੈ। ਅਸੀਂ ਇੱਕ ਬਰਥਡੇ ਪਾਰਟੀ 'ਤੇ 1,00,000 ਰੁਪਇਆ ਫੂਕ ਦਿੰਦੇ ਹਾਂ, 2,00,000 ਰੁਪਇਆ ਫੂਕ ਦਿੰਦੇ ਹਾਂ ਅਤੇ ਇਹਦੇ ਕੋਲ ਆਪਣੀ ਮਾਂ ਨੂੰ ਐਂਬੂਲੈਂਸ ਕਰਾਉਣ ਜੋਗੇ ਵੀ ਪੈਸੇ ਨਹੀਂ ਹੈਗੇ। ਦੱਸੋ, ਇਹ ਧੀ ਨਹੀਂ ਕਿਸੇ ਦੀ? ਪੜ੍ਹਾਈ ਛੱਡਤੀ ਪੈਸਿਆਂ ਕਰਕੇ, ਹੁਣ ਐਂਬੂਲੈਂਸ ਜਾਣ ਜੋਗੇ ਪੈਸੇ ਹੈ ਨਹੀਂ, ਪਿਓ ਦਿਹਾੜੀ ਕਰਦਾ, ਜਨਮਦਿਨ ਨਹੀਂ ਯਾਦ। ਨਹੀਂ ਤਾਂ ਲੋਕ ਪੂਰਾ ਸਾਲ ਆਪਣੇ ਜਨਮਦਿਨ ਦੀ ਵੇਟ ਕਰਦੇ ਨੇ ਕਿ ਮੇਰਾ ਬਰਥਡੇ ਆ ਗਿਆ, ਪਤਾ ਨਹੀਂ ਮੈਂ ਅੱਜ ਕਿਹੜਾ ਰੱਬ ਥੱਲੇ ਲਾਉਣਾ, ਮੇਰਾ ਜਨਮਦਿਨ ਹੈ ਜੀ, ਆ ਜਾਓ ਪਾਰਟੀ ਕਰਾਂਗੇ, 2,000-5,00,000 ਰੁਪਇਆ ਸ਼ਰਾਬ ਸ਼ਰੂਬ ਉਡਾਵਾਂਗੇ ਕਲੱਬਾਂ 'ਚ, ਅਤੇ ਆਹ ਬਈ ਅਸਲ ਜ਼ਿੰਦਗੀ ਇਹ ਹੈ। ਕੋਈ ਨਹੀਂ ਬੇਟਾ, ਬੈਠੋ ਕਰਾਉਂਦੇ। ਮੈਂ ਕਰਮ ਵਾਲੇ ਹਾਂ, ਤੁਹਾਡੀ ਧੀ ਜ਼ਿਆਦਾ ਤਕੜੀ ਤੁਹਾਡੇ ਨਾਲੋਂ, ਉਹ ਨਹੀਂ ਰੋਈ ਇੱਕ ਵਾਰ ਵੀ। ਤੁਸੀਂ ਘਬਰਾਓ ਨਾ, ਕੋਈ ਗੱਲ ਨਹੀਂ ਪੁੱਤਰ, ਸਾਰਾ ਤੁਹਾਡਾ ਇਲਾਜ ਫ੍ਰੀ ਕਰਾਵਾਂਗੇ। ਜੋਨੀ ਇਹਨਾਂ ਦਾ ਸਿਵਲ ਪੇਸ਼ੈਂਟ ਹੈ, ਰੈਫਰ ਕਰਾ ਕੇ ਜੇ ਹੁਣੀ ਜਾਂਦਾ ਹੁਣੀ ਭੇਜ, ਨਹੀਂ ਤਾਂ ਸਵੇਰੇ ਆਪਣੇ ਕੋਲ ਬੁਲਾ ਕੇ ਇਹਨਾਂ ਦਾ ਇਲਾਜ ਫ੍ਰੀ ਕਰਾਓ ਸਾਰਾ, ਕੋਈ ਦਿੱਕਤ ਨਾ ਆਵੇ ਇਹਨਾਂ ਨੂੰ, ਠੀਕ ਹੈ? ਨੰਬਰ ਵਟਸਐਪ ਕਰ ਦੇ ਇਹਨਾਂ ਦਾ ਮੈਨੂੰ ਵੀ, ਅਤੇ ਤੂੰ ਵੀ ਲੈ, ਜਾਂ ਉੱਥੋਂ ਸਮਝ ਲਓ ਸਾਰਾ ਤੁਹਾਡਾ ਇਲਾਜ ਸਾਰਾ ਫ੍ਰੀ ਹੋਏਗਾ, ਜਦੋਂ ਤੱਕ ਇਲਾਜ ਨਹੀਂ ਹੋਇਆ ਤਾਂ ਸਾਡਾ ਪਿੱਛਾ ਨਾ ਛੱਡੀਓ, ਠੀਕ ਹੈ? ਬੈਠੋ। ਹਾਂ ਹਾਂ, ਚੱਲ ਜਾਏਗਾ ਜੀ, ਚੱਲ ਜਾਏਗਾ, ਇਹ ਤੋਂ ਫ੍ਰੀ ਹੋ ਜਾਏਗਾ, ਚੱਲ ਜਾਏਗਾ ਤੁਹਾਡਾ। ਵੈਸੇ 3-4 ਲੱਖ ਰੁਪਏ ਦਾ ਖਰਚਾ ਇਸ ਕਾਰਡ 'ਤੇ, ਫ੍ਰੀ ਹੋ ਜਾਏਗਾ, ਉਹ ਤੂੰ ਸਾਰਾ ਸਮਝ ਕੇ ਜਾਈਓ ਕਿੱਥੇ ਜਾਣਾ ਕਿੱਥੇ ਨਹੀਂ। ਸਾਡਾ ਸਾਰਾ ਵਟਸਐਪ ਤੋਂ ਹੀ ਕੰਮ ਚੱਲਦਾ ਬਈ, ਜਿਵੇਂ ਸਾਡੇ ਫੋਨਾਂ 'ਚ ਪਰਸਨਲ ਸਾਰੇ ਸਾਡੇ ਵਟਸਐਪ ਨੇ, ਜਿਵੇਂ ਆਹ ਪੇਸ਼ੈਂਟ ਨੂੰ ਦਵਾਈ ਦੇ ਦਿਓ, ਇਹਦਾ ਹਿਸਾਬ ਕਿਤਾਬ ਸਾਰਾ A to Z, ਕਿਉਂਕਿ ਕੈਸ਼ਲੈਸ ਹੈ। ਇੱਕ ਗਰੁੱਪ ਦੇ ਵਿੱਚੋਂ ਕਰਦਾ? ਹਾਂਜੀ ਬਾਈ, ਮੈਂ ਇੱਕ ਬੰਦੇ ਨੂੰ ਸਾਰਾ ਪਰਸਨਲੀ ਬਾਈ, ਪਰਸਨਲੀ 1-to-1, ਕਿਉਂਕਿ ਹੁਣ ਇੰਨੀਆਂ ਉਮੀਦਾਂ ਲਾ ਕੇ ਪੇਸ਼ੈਂਟ, ਇਕੱਲੇ ਲੁਧਿਆਣੇ ਦੇ ਪੇਸ਼ੈਂਟ ਨਹੀਂ ਬਾਈ, ਪੰਜਾਬ ਦੇ ਅਲੱਗ ਅਲੱਗ ਕੋਨਿਆਂ 'ਚੋਂ ਆਉਂਦੇ ਨੇ ਸਾਰੇ।
ਤਾਂ ਫਿਰ ਮੈਨੂੰ ਇਹ ਹੁੰਦਾ ਕਿ ਚਲੋ ਜੇ ਕੋਈ ਪੇਸ਼ੈਂਟ ਆਇਆ, ਜਿਵੇਂ ਇੱਕ ਪੇਸ਼ੈਂਟ ਦੀ ਘਰ ਦੀ ਇਨਕੁਆਇਰੀ ਹੋਣੀ ਕਿ ਕੋਈ ਮਰੀਜ਼ ਆਇਆ, ਦੇਖਾਉਣਾ ਆਹ ਦੇਖੋ ਮੁੰਡਾ ਇਹਦੀ ਇਨਕੁਆਇਰੀ ਹੋਈ ਅੱਜ, ਆਹ ਮੁੰਡਾ ਬੈਠਾ ਉਹਦੇ ਕੋਲ ਵੀਲ ਚੇਅਰ 'ਤੇ, ਉਹਨੇ ਸਾਈਕਲ ਲੈਣਾ ਨਵਾਂ, ਤਾਂ ਫਿਰ ਅਸੀਂ ਇਹ ਸਾਡੇ ਕੋਲ ਕੱਲ੍ਹ ਆਇਆ ਸੀ, ਫਿਰ ਪਹਿਲਾਂ ਅਸੀਂ ਘਰ ਦੀ ਇਨਕੁਆਇਰੀ ਕੀਤੀ, ਸਾਰਾ ਚੈੱਕ ਕੀਤਾ ਕਿ ਪੇਸ਼ੈਂਟ ਜੈਨੂਇਨ ਹੈ ਕਿ ਨਹੀਂ, ਫਿਰ ਡੋਨਰ ਜਿਹੜੇ ਰੋਜ਼ ਆਉਂਦੇ ਨੇ ਬਾਈ ਉਹ ਜਾ ਕੇ ਹੈਲਪ ਕਰਦੇ ਨੇ ਸਾਰਾ, ਫਿਰ ਤਾਂ ਹੈਲਪ ਹੁੰਦੀ ਆ ਸਾਰਾ, ਇੱਕ ਇੱਕ ਪੇਸ਼ੈਂਟ ਦੀ ਘਰ ਦੀ ਇਨਕੁਆਇਰੀ ਆਉਂਦੀ ਆਪਣੇ ਕੋਲ ਕਿ ਕਿਹੜੇ ਪੇਸ਼ੈਂਟ ਨੂੰ ਕੀ ਕਿਹਾ ਕੀ ਨਹੀਂ ਕਿਹਾ, ਤਾਂ ਜਾ ਕੇ ਸਾਰੀ ਹੈਲਪ ਹੁੰਦੀ, ਜਿੱਦਾਂ ਹੁਣ ਅੱਜ ਦੀਆਂ ਇਨਕੁਆਇਰੀਆਂ ਨੇ ਜਿਹੜੇ ਪੇਸ਼ੈਂਟ ਅੱਜ ਆਏ ਨੇ, ਫਿਰ ਰੋਜ਼ ਇਨਕੁਆਇਰੀ ਹੋਈ, ਜਿੱਦਾਂ ਹੁਣ ਆਹ ਪੇਸ਼ੈਂਟ ਆ ਅੱਜ ਦੀ ਇਨਕੁਆਇਰੀ ਹੈ, ਇਹਦੇ 1,25,000 ਦਾ ਇਕੱਲਾ 1,25,000 ਰੁਪਏ ਦਾ ਇੱਕ ਪੱਤਾ ਹੈ ਇਕੱਲਾ, ਜਿਹੜਾ ਕੈਂਸਰ ਦੇ ਲਈ ਲੱਗਣਾ, ਇੱਦਾਂ ਦੇ ਦਵਾਈਆਂ ਦਾ 1,25,000 ਰੁਪਏ ਦਾ ਇੱਕ ਪੇਸ਼ੈਂਟ ਦਾ, ਅਤੇ ਉਹ ਮਤਲਬ ਵਨ ਟਾਈਮ ਮਹੀਨੇ ਦਾ ਹਾਂ, 4 ਸਟੇਜ ਕੈਂਸਰ ਆ, ਲਾਸਟ ਸਟੇਜ ਆ, ਇੱਕ ਇੱਕ ਘਰ ਦੀ ਇਨਕੁਆਇਰੀ ਹੋਏਗੀ, ਫਿਰ ਅਸੀਂ ਪੇਸ਼ੈਂਟ ਰੀਡ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਫਿਰ ਜਾ ਕੇ ਦਵਾਈਆਂ ਲੈ ਕੇ ਦਿੰਦੇ ਹਾਂ, ਫਿਰ ਡੋਨੇਸ਼ਨ ਕਰਨ ਡੋਨਰ ਆਉਂਦੇ ਨੇ, ਉਹ ਡਾਇਰੈਕਟਲੀ ਪੈਸੇ ਦਿੰਦੇ ਨੇ, ਕੋਈ ਅਕਾਊਂਟ ਨੰਬਰ ਨਹੀਂ, ਕੋਈ ਕੁਛ ਨਹੀਂ। ਹਾਂਜੀ ਮਾਤਾ ਜੀ, ਹੁਕਮ ਲਓ। ਹਾਂਜੀ ਹਾਂਜੀ, ਅਰੇ ਤੁਹਾਡੀ ਬੇਟੀ ਨੂੰ ਤੁਸੀਂ ਆਉਂਦੇ ਹੀ ਨਹੀਂ, ਤੁਸੀਂ ਤੁਹਾਨੂੰ ਇੰਨੀ ਵਾਰੀ ਬੁਲਾਇਆ, ਫਿਰ ਕੰਮ ਤੇ ਪਹਿਲਾਂ ਛੁੱਟੀਆਂ ਸੀਗੀਆਂ। ਠੀਕ ਹੈ ਤੁਹਾਡੀ ਕੁੜੀ ਹੁਣ? ਹਾਂਜੀ। ਕੀ ਕਹਿੰਦੇ ਡਾਕਟਰ? ਬਲੱਡ ਰੂਟੀਨ ਚੈੱਕਅਪ ਕਰ ਰਹੇ ਹਾਂ, ਪਿੱਠ ਤੇ ਜ਼ਖਮ ਹੋ ਗਿਆ। ਅੱਛਾ ਅੱਛਾ, ਵੈਸੇ ਠੀਕ ਹੈ, ਇਹਨਾਂ ਦੇ ਕੰਮ ਆਊਗਾ ਮੈਂ ਤੁਹਾਨੂੰ ਬੈੱਡ ਜਿਹੜਾ ਏਅਰ ਪਿੱਠ ਤੇ ਜ਼ਖਮ ਹੋ ਗਿਆ। ਕਿੰਨਾ ਕੁ ਜ਼ਖਮ? ਜ਼ਿਆਦਾ ਜ਼ਿਆਦਾ ਏਅਰ ਮੈਡਨੈਸ ਕੰਮ ਆ ਜਾਊਗਾ, ਉਹ ਵੀ ਲੱਗੂਗੀ ਜਿਹੜੀ ਪੱਟੀ। ਹੁਣ ਤੁਸੀਂ ਦੇਖੋ ਕਿੰਨੀ ਅਜੀਬ ਮਤਲਬ ਅਜੂਬਾ ਗੱਲ ਹੈ ਅਤੇ ਕਿੰਨਾ ਚਮਤਕਾਰ ਹੈ। ਚਮਤਕਾਰ 'ਚ ਮੈਂ ਵੈਸੇ ਯਕੀਨ ਨਹੀਂ ਰੱਖਦਾ, ਪਰ ਹਾਂ ਇਹ ਇੱਦਾਂ ਦੇ ਚਮਤਕਾਰ ਜਿਹੜੇ ਪ੍ਰੈਕਟੀਕਲੀ ਨੇ। ਹੁਣ ਇਹਨਾਂ ਤੋਂ 10 ਮਿੰਟ ਪਹਿਲਾਂ ਇੱਕ ਬੰਦਾ ਇੱਕ ਬੈੱਡ ਦੇ ਕੇ ਗਿਆ ਜਿਹੜਾ ਇਹਨਾਂ ਦੀ ਬੇਟੀ ਦੇ ਕੰਮ ਆਉਣਾ, ਅਤੇ ਇੱਕ ਪੈਚ ਦੇ ਕੇ ਗਿਆ ਡੋਨੇਸ਼ਨ ਕਰਕੇ ਗਿਆ 10 ਮਿੰਟ ਪਹਿਲਾਂ। ਅਤੇ ਦੇਖੋ ਨਾਲ ਹੀ ਮਰੀਜ਼ ਲੈਣ ਆ ਗਿਆ, ਇਹਨਾਂ ਦੀ ਬੇਟੀ ਹੈ ਕੋਮਲ, ਤਕਰੀਬਨ ਪਿਛਲੇ 6-7 ਮਹੀਨਿਆਂ ਤੋਂ ਬ੍ਰੈਸਟ ਕੈਂਸਰ ਆ ਉਹਨੂੰ, ਇੱਕ ਬ੍ਰੈਸਟ ਰਿਮੂਵ ਹੋ ਗਈ, 26 ਸਾਲ ਦੀ ਜਵਾਨ ਕੁੜੀ ਹੈ ਬਈ, ਅਤੇ ਓਪਰੇਸ਼ਨ ਹੋਇਆ, ਉਹਨਾਂ ਦਾ ਸਾਰਾ ਖਰਚਾ ਇਲਾਜ ਦਾ ਇੱਥੋਂ ਚੱਲ ਰਿਹਾ 6-7 ਮਹੀਨਿਆਂ ਤੋਂ ਪਿਛਲੇ। ਅਤੇ ਅੱਜ ਇਹ ਆਏ ਨੇ ਕਿ ਇਹਨਾਂ ਦੇ ਹੁਣ ਜ਼ਖਮ ਹੋ ਗਿਆ ਪਿੱਛੇ, ਹੁਣ ਜਿਹੜਾ ਏਅਰ ਬੈੱਡ ਲੱਗਣਾ ਉਹਦੇ ਥੱਲੇ, ਉਹ ਏਅਰ ਬੈੱਡ ਸਾਨੂੰ ਪਹਿਲਾਂ ਹੀ ਕੋਈ 10 ਮਿੰਟ ਪਹਿਲਾਂ ਉਹਦੇ ਕੋਲ ਡੋਨੇਟ ਕਰਕੇ ਗਿਆ, ਉਹ ਪਿਆ। ਮਤਲਬ ਇਹ ਚਮਤਕਾਰ ਨੇ, ਜਦੋਂ ਤੁਸੀਂ ਕਹਿੰਦੇ ਨਹੀਂ, ਜਦੋਂ ਤੁਸੀਂ ਦਿਲੋਂ ਕੋਈ ਸਮਾਜ ਲਈ ਕੰਮ ਕਰਦੇ ਹੋ, ਫਿਰ ਰੱਬ ਨਾਲ ਆ ਕੇ ਖੜਦਾ ਕਿ ਤੂੰ ਕਰ। ਇਹ ਮਾਤਾ ਜੀ ਬੈੱਡ ਹੈ, ਇਹ ਹਵਾ ਵਾਲਾ ਬੈੱਡ ਹੈ, ਇਹਨੂੰ ਜਾ ਕੇ ਰਾਤੀ ਜਦੋਂ ਇਹਨੇ ਸੋਣਾ ਤਾਂ ਇਹਨੂੰ ਵਿਛਾ ਦਿਓ, ਇਹ ਹਵਾ ਤੋਂ ਬੈੱਡ ਤੋਂ ਉੱਪਰ ਹੋ ਕੇ ਸੋਏਗੀ, ਇਹਦੇ ਨਾਲ ਸਾਰਾ ਉਹਦਾ ਜ਼ਖਮ ਠੀਕ ਹੋ ਜਾਏਗਾ। ਠੀਕ ਹੈ, ਬੈਠੋ ਪਿੱਛੇ ਜਾਇਓ ਨਾ। ਤਕਰੀਬਨ 1,25,000 ਪੇਸ਼ੈਂਟਾਂ ਦੀ ਹੈਲਪ ਹੋ ਚੁੱਕੀ ਬਾਈ ਪਿਛਲੇ 9 ਸਾਲਾਂ 'ਚ ਔਨ ਰਿਕਾਰਡ। ਮਤਲਬ ਜਿੰਨੇ ਵੀ ਮਰੀਜ਼, 100-150 ਮਰੀਜ਼ ਰੋਜ਼ ਆਉਂਦਾ ਇੱਦਾਂ ਹੀ ਆਪਣੀਆਂ ਪ੍ਰੋਬਲਮਸ ਲੈ ਕੇ, ਫਿਰ ਅਸੀਂ ਇੱਕ ਇੱਕ ਪੇਸ਼ੈਂਟ ਦੇਖਦੇ ਹਾਂ, ਬੈਠਦੇ ਹਾਂ, ਗੱਲਬਾਤ ਕਰਦੇ ਹਾਂ, ਉਹਦੀ ਪ੍ਰੋਬਲਮ ਸੁਣਦੇ ਹਾਂ, ਫਿਰ ਸਾਡੇ ਕੋਲ ਡੋਨੇਸ਼ਨ ਕਰਨ, ਜਿਵੇਂ ਪਿੱਛੇ ਡੋਨਰ ਬੈਠੇ ਨੇ ਸਾਰੇ ਡੋਨੇਸ਼ਨ ਕਰਨ ਆਉਂਦੇ ਨੇ ਇੱਥੇ, ਫਿਰ ਉਹ ਵੀ ਇੱਦਾਂ ਹੀ ਦੇਖਦੇ ਨੇ ਮਰੀਜ਼, ਫਿਰ ਉਹ ਖੁਦ ਆਪਣੇ ਹੱਥੀਂ ਹੀ ਅਡੋਪਟ ਕਰ ਲੈਂਦੇ ਨੇ ਪੇਸ਼ੈਂਟ। ਜਿੱਦਾਂ ਹੁਣ ਕਿਸੇ ਨੇ ਆਹ ਪੇਸ਼ੈਂਟ ਸੁਣਿਆ, ਯਾਰ ਇਹਦੀ ਮੈਂ ਕਰੂੰਗਾ, ਕੋਈ 5,000 ਸੇਵਾ ਲੈ ਕੇ ਆਉਂਦਾ ਉਹ 10 ਕਰਨ ਲੱਗ ਜਾਂਦਾ, ਕੋਈ 10 ਲੈ ਕੇ ਆਉਂਦਾ ਉਹ 20 ਕਰ ਦਿੰਦਾ, ਫਿਰ ਜਦੋਂ ਇਹ ਪ੍ਰੈਕਟੀਕਲੀ ਜਾ ਕੇ ਦੇਖਦਾ ਨਾ, ਫਿਰ ਉਹਦੇ ਮਾਇੰਡ 'ਚ ਬਹੁਤ ਡਾਊਟਸ ਕਲੀਅਰ ਹੁੰਦੇ ਨੇ। ਕੌਣ ਹੈ ਪੇਸ਼ੈਂਟ ਆਪਕਾ? ਕੌਣ ਹੈ ਬੇਟਾ ਪੇਸ਼ੈਂਟ ਇਹਨਾਂ ਦਾ? ਕੀ ਹੋਇਆ ਜੀ ਪੇਸ਼ੈਂਟ ਨੂੰ? ਅੱਛਾ ਜੀ, ਆਪ ਪਹਿਲੇ ਵੀ ਆਏ ਹੋ ਹਮਾਰੇ ਪਾਸ? ਸੁਣੇ, ਮੈਨੂੰ ਲੱਗਦਾ ਇੰਗਲੈਂਡ ਤੋਂ ਜਿਹੜੀ ਕਾਲ ਆਉਣੀ ਸੀ। ਪਹਿਲੇ ਵੀ ਆਏ? ਕੱਲ ਪਰਸੋਂ ਆਏ। ਕੀ ਬੋਲਾ ਤਾਂ ਫਿਰ ਹਮਨੇ? ਸਿਵਲ ਬੁਲਾਇਆ ਸੀ ਬੇਟਾ ਇਹਨਾਂ ਨੂੰ, ਕੀ ਕਰਾਇਆ ਫਿਰ? ਟੈਸਟ ਕਰਵਾਤੇ ਸੀ, ਰਿਪੋਰਟਾਂ ਆਈਆਂ, ਇੱਥੇ ਲੈ ਕੇ ਆਏ ਤੁਹਾਨੂੰ। ਕਰਾ ਦੇ ਡਾਕਟਰ ਨੂੰ, ਸਵੇਰੇ ਚੈੱਕ ਕਰਾ ਦੇ, ਸੁਬੇ ਆ ਜਾਓ ਹੋਸਪਿਟਲ, ਡਾਕਟਰ ਕੋਲ ਚੈੱਕ ਕਰਵਾ ਕੇ ਆਪਕੋ ਦਵਾ ਲੈ ਦੇਗੇ। ਠੀਕ ਹੈ, ਬੈਠੀ ਆ, ਪਿੱਛੇ ਜਾਣਾ ਮਤ। ਫਿਰ ਤੁਸੀਂ ਇੰਨਾ ਡਾਕਟਰ ਨਾਲ ਵਾਹ ਪੈਂਦਾ ਰਹਿੰਦਾ ਹੋਣਾ, ਹੁਣ ਤਾਂ ਮਤਲਬ ਈਜ਼ੀਲੀ ਹੋ ਜਾਂਦੇ? ਹਾਂਜੀ ਹਾਂਜੀ ਹਾਂਜੀ, ਹੋ ਜਾਂਦਾ ਹੁੰਦਾ ਵਿੱਚ ਬਈ ਹੁੰਦਾ, ਜਦੋਂ ਤੁਸੀਂ ਬਿਲਕੁਲ ਖੁਲਾਸਾ ਕਰਦੇ ਹੋ ਮੈਡੀਕਲ ਸਿਸਟਮ ਦੇ, ਭੇਤ ਨੇ, ਭੇਤੀ ਨੇ ਬਈ, ਹੁਣ ਹਰ ਕੰਮ ਦਾ ਭੇਤ ਹੈ ਮੈਡੀਕਲ ਕੰਮ ਦੇ, ਤਾਂ ਜ਼ਿਆਦਾ ਹੀ ਭੇਤ ਨੇ ਨਾ, ਸਭ ਤੋਂ ਜ਼ਿਆਦਾ ਭੇਤ ਇਹ ਹੈ ਇਹਨਾਂ ਦਾ ਕਿ MRP ਫਿਕਸ ਹੈ ਨਹੀਂ, MRP ਤਾਂ ਫਿਕਸ ਹੋਣੀ ਚਾਹੀਦੀ ਹੈ, ਭਾਵੇਂ ਜਿਹੜੀ ਮਰਜ਼ੀ ਸਰਕਾਰ ਹੋਵੇ, ਹਰ ਬੰਦੇ ਨੂੰ ਮੁੱਦਾ ਚੱਕਣਾ ਚਾਹੀਦਾ, ਕਿਉਂਕਿ ਇੱਕ ਰਿਕਸ਼ੇ ਵਾਲੇ ਦੇ ਘਰ ਬਈ ਆਟਾ ਜਾਵੇ ਨਾ ਜਾਵੇ ਦਵਾਈ ਜਾਂਦੀ, ਅਤੇ ਦਵਾਈ ਦੀ MRP ਨਹੀਂ ਫਿਕਸ ਕਰ ਰਹੀ ਸਾਡੀ ਇੰਡੀਆ ਗੌਰਮੈਂਟ, ਦੇਖ ਲਓ ਐਡੀ ਲਾਨਤ ਹੈ ਇਹਨਾਂ 'ਤੇ, ਕਿ ਇੱਕ MRP ਫਿਕਸ ਕਰੋ ਜਿਹਦੇ ਨਾਲ ਮੈਨੂਪੁਲੇਸ਼ਨ ਨਾ ਹੋਵੇ।
ਜਿੱਦਾਂ ਸਪੋਜ਼ ਆ ਪ੍ਰੋਡਕਟ ਲਿੱਤਾ ਆਪਾਂ, ਆ ਫੋਰ ਐਗਜ਼ਾਮਪਲ ਆ ਲਓ ਹਾਈ ਫੜ ਲੈਂਦੇ 246 ਰੁਪਏ ਐੱਮ ਆਰ ਪੀ, ਅਸਲ ਕੀਮਤ ਇਹਦੀ 30-40 ਰੁਪਏ ਵੀ ਨਹੀਂ ਹੈਗੀ। ਹੁਣ 246 ਰੁਪਏ ਐੱਮ ਆਰ ਪੀ ਉਹਨਾਂ ਨੇ ਤਾਂ ਹੀ ਰੱਖੀ ਹੈ ਕਿ ਬੰਦਾ ਆਪਣੇ ਮੂਡ ਦੇ ਹਿਸਾਬ ਨਾਲ, ਆਪਣੇ ਲੈਵਲ ਦੇ ਹਿਸਾਬ ਨਾਲ ਇਹਨੂੰ ਵੇਚ ਸਕੇ ਬੰਦਾ ਦੇਖ ਕੇ। ਹਾਂ, ਹਾਲਾਂਕਿ ਮੈਡੀਕਲ ਯੂਜ਼ ਕੋਈ ਵੀ ਹੈ, ਭਾਵੇਂ ਇੱਕ ਸਰਿੰਜ ਹੈ 10 ਪੈਸੇ ਦੀ, ਉੱਤੋਂ ਲੈ ਕੇ ਦਵਾਈ ਤੱਕ ਇੱਕ ਐੱਮ ਆਰ ਪੀ ਫਿਕਸ ਹੋਣੀ ਚਾਹੀਦੀ ਹੈ ਕਿ ਇਸ ਤੋਂ ਜ਼ਿਆਦਾ ਕੋਈ ਦੁਕਾਨਦਾਰ ਰੇਟ ਲੈ ਨਾ ਸਕੇ ਗਰੀਬ ਬੰਦੇ ਕੋਲ। ਪਰ ਉੱਥੇ ਬਾਈ ਸਾਡੇ ਬੋਲਦੇ 9 ਸਾਲ ਹੋ ਗਏ, ਕੋਈ ਨਹੀਂ ਸੁਣਦਾ। ਕੌਣ ਹੈ ਪੇਸ਼ੈਂਟ ਆਪਕਾ? ਟੀਕੇ ਲੈਣੇ ਜੀ, ਮੁੰਡਾ ਇੰਜੈਕਸ਼ਨ ਲੈਣਾ ਸ਼ੂਗਰ ਦੇ। ਅੱਛਾ, ਤੁਸੀਂ ਕਦੋਂ ਤੋਂ ਦਵਾਈ ਲੈ ਰਹੇ ਹੋ ਉੱਥੋਂ? 6 ਮਹੀਨੇ 6 ਮਹੀਨਿਆਂ ਤੋਂ ਦਵਾਈ ਲੈ ਰਹੇ। ਇਹਨਾਂ ਦਾ ਬੇਟਾ 5-7 ਸਾਲ ਦਾ, ਉਹਨੂੰ ਸ਼ੂਗਰ ਹੈ 10 ਸਾਲ ਦਾ, ਉਹਨੂੰ ਸ਼ੂਗਰ ਹੈ, ਤਾਂ ਉਹ ਹਰ ਮਹੀਨੇ ਕਰੀਬਨ ਕਿੰਨੀ ਦਵਾਈ ਹੈ? 6,000 ਰੁਪਏ ਦੀ ਦਵਾਈ, ਉਹ ਸਾਰ ਹਰ ਮਹੀਨੇ ਇੱਥੋਂ ਲੈ ਲੈਂਦੇ, ਇੱਥੋਂ ਹੀ ਲੈ ਕੇ ਜਾਂਦੇ। ਬੈਠੋ, ਲੈ ਦੇਣ। ਠੀਕ ਹੈ ਸਰ। ਇਹ ਕਦੋਂ ਤੋਂ ਹੈਲਪ ਲੈ ਰਹੇ ਹੋ ਤੁਸੀਂ ਇੱਥੋਂ? ਮੈਂ ਲੈ ਰਹੀ ਇੱਥੋਂ ਹੋ ਗਏ ਜੀ 5 ਕੁ ਮਹੀਨੇ। 5 ਕੁ ਮਹੀਨੇ ਤੋਂ ਕਿਡਨੀਆਂ ਖਰਾਬ ਨੇ। ਕਿਡਨੀਆਂ ਖਰਾਬ ਪੇਸ਼ੈਂਟ ਦਾ ਇੱਦਾਂ ਹੁੰਦਾ ਕਿ ਬਈ ਡਾਇਲਸਿਸ ਦਾ ਖਰਚਾ ਹੁੰਦਾ ਮਹੀਨੇ ਦਾ 25-30 ਹਜ਼ਾਰ ਰੁਪਿਆ, ਦਵਾਈਆਂ ਡਾਇਲਸਿਸ, ਤਾਂ ਉਹ ਫਿਰ ਅਸੀਂ ਪੱਕੇ ਪੇਸ਼ੈਂਟ ਅਡੋਪਟ ਕੀਤੇ ਹੋਏ ਨੇ ਜਿਹਨਾਂ ਦੀ ਲਾਈਫ ਟਾਈਮ ਡਾਇਲਸਿਸ ਚੱਲਣਾ, ਕਿਉਂਕਿ ਕਿਡਨੀ ਦੇਣ ਵਾਸਤੇ ਕੋਈ ਹੈ ਨਹੀਂ। ਕਿਡਨੀ ਖਰਾਬ ਦੇ 2 ਹੀ ਹੱਲ ਨੇ, ਜਾਂ ਟਰਾਂਸਪਲਾਂਟ ਜਾਂ ਡਾਇਲਸਿਸ। ਜਿਨ੍ਹਾਂ ਨੂੰ ਟਰਾਂਸਪਲਾਂਟ ਲਈ ਮੈਂਬਰ ਹੁੰਦਾ ਘਰ ਦਾ, ਉਹਨਾਂ ਦਾ ਕਿਡਨੀ ਟਰਾਂਸਪਲਾਂਟ ਕਰਾ ਦੀਦਾ। ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ, ਫਿਰ ਉਹਨਾਂ ਦਾ ਡਾਇਲਸਿਸ ਚੱਲਦੇ ਨੇ ਜਦੋਂ ਤੱਕ ਉਹ ਜ਼ਿੰਦਾ। ਤਾਂ ਫਿਰ ਇੱਦਾਂ ਦੇ 100-150 ਸਾਡੇ ਕੋਲ ਹੈਗੇ ਨੇ ਜਿਨ੍ਹਾਂ ਦਾ ਹਰ ਮਹੀਨੇ ਡਾਇਲਸਿਸ ਦਾ ਖਰਚਾ ਹਰ ਹਫ਼ਤੇ ਉਹ ਅਸੀਂ ਚੱਕਿਆ ਵਾ। ਮੇਨ ਮਕਸਦ ਇਹ ਹੈ ਬਈ ਕਿ ਯੂਥ ਇਹ ਨਹੀਂ ਹੈ, ਨਿਰਦਈ ਹੈ। ਹਰ ਬੰਦੇ 'ਚ ਰੱਬ ਬੈਠਾ, ਹਰ ਬੰਦੇ 'ਚ ਦਇਆ ਹੈਗੀ ਹੈ। ਉਹ ਦਇਆ ਨੂੰ ਕਨੈਕਟ ਨਹੀਂ ਹੋ ਪਾ ਰਿਹਾ ਲੋਕਾਂ ਦਾ ਹਜੇ ਤੱਕ। ਸਾਨੂੰ ਇੰਨਾ ਕੁ ਕਨੈਕਟ ਕਰਦੇ 9 ਸਾਲ ਹੋ ਗਏ ਕਿ ਜਿਹਦੇ 'ਚ ਅਸੀਂ ਸਿਰਫ ਇਹੀ ਡਿਮਾਂਡ ਕਰ ਰਹੇ ਹਾਂ ਕਿ ਮੈਨੂੰ ਪਸੰਦ ਨਾ ਕਰੋ, ਆ ਕੇ ਇੱਥੇ ਦੇਖੋ ਕਿ ਕਿਵੇਂ ਇਹ ਕੰਮ ਹੋ ਰਿਹਾ, ਕਿਵੇਂ ਲੋਕ ਦੁਖੀ ਨੇ, ਕਿਵੇਂ ਇਹਨਾਂ ਦੀ ਹੈਲਪ ਹੋ ਸਕਦੀ ਹੈ। ਰੈਦਰ ਦੈਨ ਮੈਂ ਕਹਾਂ ਮੇਰੇ 'ਤੇ ਵਿਸ਼ਵਾਸ ਕਰੋ, ਤੁਸੀਂ ਮੈਨੂੰ ਪੈਸੇ ਦਿਓ, ਕੋਈ ਇਹ ਮਕਸਦ ਨਹੀਂ ਹੈ। ਇਹ ਉਹੀ ਬੰਦਾ ਜਿਹੜਾ ਤੁਹਾਨੂੰ ਵੀਡੀਓ ਦਿਖਾਈ ਸੀ ਨਾ, ਇਨਕੁਆਇਰੀ ਹੋਈ ਸੀ ਘਰ ਦੀ, ਸਾਈਕਲ ਲੱਗਣਾ। ਕਿੰਨੇ ਦਾ ਬੈਠਾ ਆਉਣਾ ਇਹਨਾਂ ਦਾ ਸਾਈਕਲ? ਵੱਲ ਦਵਾ ਦਿਓ ਬੇਟਾ, ਬੈਠਾ ਦਵਾ ਦਿੰਦੇ, ਦੇ ਦਿੱਤੇ ਆਪਕੋ ਸਾਈਕਲ ਲੈ ਦਿੱਤੇ, ਇੱਕ ਦੋ ਦਿਨ ਮੈਂ ਨਿਆ ਲੈ ਦੇਵਾਂਗੇ, ਬੈਠੀਏ ਬਸ। ਆਪਣੀ ਉਦੋਂ ਜਦੋਂ ਆਪਾਂ ਬੈਠੇ ਹੁੰਦੇ ਸੀ ਬਾਬਾ ਜੀ ਜੀ ਉਦੋਂ ਦੱਸਿਆ ਜੀ ਜੀ ਗੱਲ ਦਾ ਅੱਛਾ ਦੇਖ ਲਾ, ਫਿਰ ਇਹ ਕੰਮ 'ਚ ਵੀ ਲੋਕ ਨੁਕਸ ਕੱਢਦੇ। ਹਾਂ, ਬੈਠੇ ਬੈਠੇ ਬੈਠੇ, ਤੁਸੀਂ ਦੇਖੋ ਅੱਜ ਮੂਹਰੇ ਬੈਠੇ ਹੋ, ਹਜੇ ਡੋਨੇਸ਼ਨ ਕਰਨ ਵਾਲਾ ਮੂਹਰੇ ਬੈਠਾ, ਹਜੇ ਉਹ ਵੀ ਸਵਾਲ ਪਤਾ ਨਹੀਂ ਕੀ ਪੁੱਛੋ, ਤਾਂ ਦਿਲ ਜਾਣਦਾ ਜਿਹੜਾ ਆਪਾਂ। ਚਲੋ ਇੱਕ ਤਾਂ ਹੁੰਦਾ ਨਾ ਕਿ ਮੈਂ ਸੋਸ਼ਲ ਮੀਡੀਆ 'ਤੇ ਬੈਠਾ, ਮੈਨੂੰ ਕਿਹੜਾ ਕਿਸੇ ਨੇ ਮਿਲ ਕੇ ਸਵਾਲ ਪੁੱਛਣਾ, ਸੋਸ਼ਲ ਮੀਡੀਆ 'ਤੇ ਬੋਲੇ, ਮੈਂ ਤਾਂ ਇੱਥੇ ਰੋਜ਼ ਮਿਲਦਾ ਬਿੰਨਾ ਹੈਗਾ। ਔਰ ਇਕੱਲੇ ਇਕੱਲੇ ਪੇਸ਼ੈਂਟ ਬਾਰੇ ਕੋਈ ਵੀ ਡਿਟੇਲ ਲੈ ਲਓ ਤੁਸੀਂ, ਕੋਈ ਵੀ ਸਵਾਲ ਜਵਾਬ ਕਰਨਾ ਲੈ ਲਓ ਕਿ ਹਾਂ ਬਾਈ ਕੌਣ ਆ ਪੇਸ਼ੈਂਟ, ਕੀ ਹੋਇਆ, ਕੀ ਦਿੱਕਤ ਹੈ, ਕੀ ਨਹੀਂ। ਵੀਰੇ ਦਾ ਬਹੁਤ ਵੱਡਾ ਹੈ, ਨਹੀਂ ਨਹੀਂ ਕੋਈ ਗੱਲ, ਇਹ ਭੈਣ ਅੱਜ ਤੋਂ ਤਕਰੀਬਨ 1.5 ਸਾਲ ਵੀਰੇ ਨੇ ਮੇਰਾ ਇਲਾਜ ਕਰਵਾਇਆ। ਇਹਨਾਂ ਦੇ ਨਾ ਵੀਰੇ ਸਾਹ ਲੈਂਦੇ ਸੀ ਗਲੇ ਤੋਂ, ਮੂੰਹ 'ਚੋਂ ਸਾਈਨ ਮੂੰਹ 'ਚੋਂ ਸਾਹ ਨਹੀਂ ਲੈਂਦੇ ਸੀਗੇ, ਅਤੇ ਇਹਨਾਂ ਦੀ ਦਿੱਕਤ ਇਹ ਨਹੀਂ ਸੀ ਕਿ ਪਾਈਪ ਲੱਗੀ ਹੋਈ ਸੀਗੀ। ਇੱਥੇ ਐਸੀ ਕੰਡੀਸ਼ਨ ਸੀਗੀ ਕਿ ਜੇ ਤੁਸੀਂ ਵੀਡੀਓ ਦੇਖ ਲਈ ਤਾਂ ਮੈਨੂੰ ਲੱਗਦਾ ਉਹ ਵੀਡੀਓ ਵੀ ਨਹੀਂ ਦੇਖ ਸਕਦੇ ਕਿ ਇੱਥੋਂ ਸਾਹ ਲੈਂਦੇ ਸੀ, ਨੱਕ ਮੂੰਹ ਬੰਦ ਸੀ। ਤਾਂ ਪਿੱਛੇ DMC ਐਡਮਿਟ ਹੋ ਗਿਆ, ਇਹਨਾਂ ਦਾ ਆਪਰੇਸ਼ਨ ਹੋਇਆ, ਹੁਣ ਬਿਲਕੁਲ ਠੀਕ ਹੈ, ਇੱਥੋਂ ਪਾਈਪ ਰਿਮੂਵ ਕਰਤੀ। ਨਹੀਂ ਨਹੀਂ ਉਹ ਮਹਾਰਾਜ ਦਾ ਧੰਨਵਾਦ ਹੈ ਜੀ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਹੋਰ ਸਕੂਲ ਪਾ ਤਾ ਮੁੰਡਾ ਆਪਣਾ ਕਿ ਨਹੀਂ ਹੁਣ? ਨਹੀਂ ਵੀਰੇ, ਮਾਰਚ 'ਚ ਸਕੂਲ ਪਾਓ ਉਹਨਾਂ ਨੂੰ, ਉਹ ਜ਼ਰੂਰੀ ਹੈ ਹੁਣ। ਠੀਕ ਹੈ, ਬੈਠੋ, ਕੋਈ ਗੱਲ, ਬੈਠੋ ਬੈਠੋ, ਜਾਇਓ ਨਾ, ਕੋਈ ਗੱਲ, ਬੈਠੋ। ਹਸਬੈਂਡ ਪੁੱਛਦੇ ਨਹੀਂ ਸੀਗੇ, ਘਰ 'ਚ ਗਰੀਬੀ ਗੋਡੇ ਗੋਡੇ, ਖਾਣ ਨੂੰ ਰਾਸ਼ਨ ਨਹੀਂ, ਬੱਚਾ ਸਕੂਲੋਂ ਪੜ੍ਹਨ ਨੂੰ ਹਟਾ ਤਾ ਕਿ ਪੈਸੇ ਹੀ ਹੈ ਨਹੀਂ। ਹੁਣ 1.25 ਲੱਖ ਦੀ ਦਵਾਈ ਹੈ, ਇੰਨਾ ਡੋਨਰਸ ਵੀ ਅਰੇਂਜ ਕਰਨੇ ਬੜੇ ਮੁਸ਼ਕਲ ਨੇ ਕਿ ਜੇ ਅਸੀਂ ਇੱਕ ਪੇਸ਼ੈਂਟ ਦੀ ਕਹਾਣੀ ਸ਼ੁਰੂ ਕਰ ਲਈਏ ਤਾਂ ਇੱਕ ਤਾਂ ਮੰਗਾ ਦਈਏ ਤਾਂ ਬਾਕੀ ਪੇਸ਼ੈਂਟਾਂ ਦਾ ਕੀ ਕਰਾਂਗੇ? ਕਿ ਲੋਕ ਕਈ ਵਾਰ ਕਹਿੰਦੇ ਨੇ ਕਿ ਇਹਦੀ ਨਹੀਂ ਹੈਲਪ ਕੀਤੀ, ਉਹਦੀ ਨਹੀਂ ਕੀਤੀ। ਜਿੰਨੇ ਆਲਰੇਡੀ ਪੇਸ਼ੈਂਟਸ ਹੈਗੇ ਨੇ ਇਹਨਾਂ ਨੂੰ ਕਿਵੇਂ ਦੇਖੀਏ, ਜਾਂ ਇੱਕ ਦੇਖ ਕੇ ਬਾਕੀ ਭਜਾ ਦਈਏ? ਇਹ ਤਾਂ ਇਹ ਆ ਵੀ ਮਤਲਬ ਚੰਗਾ ਪਹਿਲਾਂ ਕਿਸੇ ਕੰਮ ਕਰਦੇ ਨੇ ਉਹਦੇ 'ਚ ਤੁਸੀਂ ਬਿਨਾਂ ਮਤਲਬ ਤੋਂ ਲੱਖ ਲੋਕ ਕੱਢਣੇ ਬਿਨਾਂ ਮਿਲੇ, ਜੇ ਤੁਹਾਨੂੰ ਲੱਗਦਾ ਹੈ। ਹਾਂ, ਉਹ ਜਜਮੈਂਟ ਸਭ ਉਹਨੂੰ ਬੈਠ ਕੇ ਬਣਾਓ। ਜੀ ਬਾਈ, ਸਹੀ ਗੱਲ ਹੈ। ਜੇ ਤੁਹਾਨੂੰ ਲੱਗਦਾ ਕਿ ਉਹ ਕੰਮ ਸਹੀ ਨਹੀਂ ਕਰ ਰਿਹਾ ਤਾਂ ਤੁਸੀਂ ਜ਼ਿੰਮੇਵਾਰੀ ਲੈ ਲਓ। ਸਭ ਤੋਂ ਵੱਡੀ ਗੱਲ, ਸਭ ਤੋਂ ਵੱਡੀ ਗੱਲ ਹੈ। ਔਰ ਪਹਿਲਾਂ ਮਤਲਬ ਅੱਜ ਦੇ ਟਾਈਮ 'ਚ ਬੰਦੇ ਨੂੰ ਪਹਿਲਾਂ ਤਾਂ ਐਵਰੀਡੇ ਇੰਨਾ ਟਾਈਮ ਦੇਣਾ ਹੀ ਔਖਾ, ਉਸ ਤੋਂ ਬਾਅਦ ਜਿਹੜੇ ਤੁਹਾਡੇ ਐਫਰਟ ਨੇ ਇੰਨੇ, ਮਤਲਬ ਇਹ ਤਾਂ ਉਹ ਸਾਰੇ ਵਲੰਟੀਅਰ ਨੇ ਬਾਈ, ਇਹ ਤੋਂ ਲੈ ਕੇ ਜਿੰਨੇ ਵੀ ਸਚਿਨ ਭਾਅ ਜੀ ਨੇ, ਅਪਾਰ ਭਾਅ ਜੀ, ਸਾਰੇ ਵਲੰਟੀਅਰ ਨੇ, ਚੰਗੇ ਘਰੋਂ ਨੇ। ਸਿਰਫ ਇੱਕ ਉਹ
ਨਸ਼ਾ ਨਹੀਂ ਪੈਂਦਾ ਬੰਦੇ ਨੂੰ, ਪੁੱਛੋ ਚਿੱਟਾ ਕਿਉਂ ਲਾਉਂਦਾ, ਕਾਰਨ ਨਹੀਂ ਪਤਾ, ਪਰ ਲਾਉਂਦਾ ਇਹ, ਇਹਨਾਂ ਨੇ ਚਿੱਟਾ ਲਾਇਆ ਹੋਇਆ ਗਲ 'ਚ ਕਿ ਹਾਂ ਵੀ ਰੋਜ਼ ਜਾਣਾ। ਤੁਸੀਂ ਦੇਖੋ ਨਾ ਬਈ ਰੋਜ਼ ਕਿੰਨੇ ਮਰੀਜ਼ ਕਿੰਨੀਆਂ ਆਸਾਂ ਨਾਲ ਆਉਂਦੇ ਨੇ ਕਿ ਸਾਡੀ ਕੋਈ ਸੁਣਵਾਈ ਕਰੇਗਾ ਸ਼ਾਮ ਨੂੰ, ਨਹੀਂ ਤਾਂ ਅਸੀਂ ਕਲਯੁੱਗ ਦੁਨੀਆਂ 'ਚ ਕਿਹਦੇ ਕੋਲ ਸਮਾਂ, ਕੋਈ ਕਿਸੇ ਨੂੰ ਸੁਣ ਕੇ ਰਾਜ਼ੀ ਨਹੀਂ ਲੈਂਦਾ ਯਾਰ, ਮੇਰਾ ਆਪਣੇ ਦੁਖੀ ਬਹੁਤ। ਨਹੀਂ ਨਹੀਂ ਸ਼ੁਕਰ ਆ ਬਈ, ਕੋਈ ਨਹੀਂ ਭੈਣੇ, ਤੁਹਾਡਾ ਕਰਾਉਂਦੇ ਅਰੇਂਜ, ਕੁਛ ਨਾ ਕੁਛ ਦਵਾਈਆਂ ਤਾਂ ਕਰਾਉਂਦੇ। ਠੀਕ ਹੈ, ਬੈਠੋ ਤੁਸੀਂ। ਜਿਵੇਂ ਤੁਸੀਂ ਦਵਾਈਆਂ ਸਾਰਿਆਂ ਨੂੰ ਪ੍ਰੋਵਾਈਡ ਕਰਵਾਉਂਦੇ ਹੋ, ਤੁਸੀਂ ਕਿਸੇ ਉਹਦੇ ਨਾਲ ਫਾਰਮਾ ਕੰਪਨੀ ਦੇ ਨਾਲ ਕਿਉਂ ਨਹੀਂ ਕਰਦੇ? ਹਾਂਜੀ, ਨਹੀਂ ਨਹੀਂ ਅਸੀਂ ਰੀਟ੍ਰਾਈ ਕਰਦੇ ਹਾਂ ਬਈ, ਜਿਵੇਂ ਇੱਕ ਇੱਕ ਮੈਡੀਕਲ ਵਾਲੇ ਨੂੰ ਪਰਚੀ ਭੇਜਤੀ, ਉਹਨੇ ਕੀ ਰੇਟ ਦਿੱਤਾ, ਫਿਰ ਦੂਜੇ ਨੂੰ ਭੇਜਤੀ, ਫਿਰ ਤੀਜੇ ਨੂੰ ਭੇਜਤੀ, ਤਾਂ ਜਿਹਦੀ ਸਭ ਤੋਂ ਘੱਟ ਹੈ ਉਹਦਾ ਕਰਾਉਂਦੇ ਹਾਂ, ਕਿਉਂਕਿ ਮੈਡੀਕਲ ਮਾਫੀਆ ਬਹੁਤ ਵੱਡਾ ਬਈ। ਮੈਨੂੰ ਇਹ ਕਹਿਣਾ ਕਿ ਜਿਵੇਂ ਕਿਸੇ ਫਾਰਮਾਸਿਸਟ ਕੰਪਨੀ ਨਾਲ ਤੁਸੀਂ ਟਾਈਪ ਕਰਕੇ ਦਿਮਾਗ ਚ ਪਾ ਦਿੰਦਾ ਕਿ ਤੈਨੂੰ ਆਹੀ ਦਵਾਈ ਨਾਲ ਠੀਕ ਹੋਣਾ ਤੂੰ, ਫਿਰ ਉਹ ਮਰੀਜ਼ ਵੀ ਸਾਡੇ ਕੋਲ ਕਹਿੰਦਾ ਇਹੀ ਦਵਾਈ ਲੈ ਕੇ ਦੋ, ਦੂਜੀ ਨੀ ਲੈਣੀ, ਦਵਾਈ ਸੇਮ ਹੈ, ਬ੍ਰਾਂਡ ਸੇਮ ਹੈ, ਫਿਰ ਉਹ ਮੈਨੂਪਲੇਟ ਇੰਨੀ ਬੁਰੀ ਤਰ੍ਹਾਂ ਕਰ ਦਿੰਦੇ ਪੇਸ਼ੈਂਟ ਨੂੰ। ਕੁਛ ਡਾਕਟਰ ਕੋਈ ਡਾਕਟਰ ਚੰਗੇ ਵੀ ਨੇ, ਜਿਵੇਂ ਹੁਣ ਅਸੀਂ ਕੈਂਪ ਲਾ ਰਹੇ ਹਾਂ ਬਈ 11 ਫਰਵਰੀ ਨੂੰ ਇੱਥੇ, ਉੱਥੇ ਲਾ ਰਹੇ ਸੀ ਹੰਬੜਾਂ ਰੋਡ 'ਤੇ 11 ਫਰਵਰੀ ਨੂੰ। ਹੁਣ ਉੱਥੇ ਅਸੀਂ ਸਾਰੇ ਪੰਜਾਬ ਦੇ ਮਰੀਜ਼ ਇਨਵਾਈਟ ਕੀਤੇ, ਕਿਸੇ ਨੂੰ ਕੋਈ ਵੀ ਬਿਮਾਰੀ ਕੋਈ ਵੀ ਦਿੱਕਤ ਸਾਡੇ ਕੋਲ ਆਓ, ਅਸੀਂ ਚੈੱਕਅਪ ਕਰਾਂਗੇ ਤੁਹਾਡਾ, ਜੋ ਵੀ ਉਹਦੇ 'ਚ ਓਪਰੇਸ਼ਨ ਨਿਕਲਿਆ ਅਸੀਂ ਕਰਾਵਾਂ। ਮਤਲਬ ਖੁੱਲ੍ਹਮ ਖੁੱਲ੍ਹਾ ਕੰਮ ਹੈ ਬਈ, ਕੋਈ ਪੜਦਾ ਨਹੀਂ ਹੈਗਾ। ਜੇ ਕੋਈ ਇਹ ਆ ਕੇ ਕਹਿੰਦਾ ਕਿ ਤੁਸੀਂ ਓਪਰੇਸ਼ਨ ਇੰਨੇ ਦਾ ਕਰਾ ਰਹੇ ਹੋ, ਮੈਂ ਘੱਟ 'ਚ ਕਰਾ ਦੂੰਗਾ, ਉਹ ਵੀ ਇਨਵਾਈਟਡ ਹੈ। ਕੋਈ ਇਹ ਆ ਕੇ ਕਹਿ ਰਿਹਾ ਕਿ ਤੁਹਾਡਾ ਹਿਸਾਬ ਕਿਤਾਬ ਮੈਂ ਸਾਂਭਣਾ, ਉਹ ਵੀ ਇਨਵਾਈਟਡ ਹੈ। ਕੋਈ ਇਹ ਕਹਿ ਰਿਹਾ ਜੀ ਅਸੀਂ ਤੁਹਾਨੂੰ ਸਲਾਹ ਦੇਣੀ, ਉਹ ਵੀ ਇਨਵਾਈਟਡ ਹੈ। ਸਾਰੇ ਔਨ ਗਰਾਊਂਡ ਇਨਵਾਈਟਡ ਨੇ, ਸੋਸ਼ਲ ਮੀਡੀਆ 'ਤੇ ਕੋਈ ਇਨਵੀਟੇਸ਼ਨ ਨਹੀਂ ਕਿ ਘਰ ਬੈਠੇ ਹੀ ਸਲਾਹ ਦੇਈ ਜਾਂਦੇ ਤੁਸੀਂ। ਉਹੀ ਯਾਰ, ਦੋ ਦੁਨੀਆਂ ਚੱਲਦੀ, ਆਪਾਂ ਹਮੇਸ਼ਾ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਵੀ ਇੱਕ ਸੋਸ਼ਲ ਮੀਡੀਆ 'ਤੇ ਅਲੱਗ ਦੁਨੀਆਂ ਚੱਲ ਅਲੱਗ ਹੈ, ਅਲੱਗ ਹੈ। ਹੁਣ ਸੋਸ਼ਲ ਮੀਡੀਆ 'ਤੇ ਵੀ ਦੇਖੋ ਨਾ ਮਰੀਜ਼ ਬੈਠੇ ਨੇ, ਹੁਣ ਇਹਨਾਂ ਦਾ ਤਾਂ ਯਾਰ ਹੱਲ ਤੁਸੀਂ ਸੁਣੋਗੇ, ਫਾਈਨੈਂਸ਼ੀਅਲੀ ਕੋਈ ਹੈਲਪ ਕਰੋਗੇ ਤਾਂ ਹੀ ਹੋਣਾ। ਹੁਣ ਮੈਂ ਇਹਨਾਂ ਨੂੰ ਇਕੱਲਾ ਦਿਲਾਸਾ ਦੇ ਕੇ ਥੋੜ੍ਹੀ ਤੋਰ ਦੂੰਗਾ, ਚਲੋ ਜੀ ਚਲੋ ਮਹਾਰਾਜ ਤੁਹਾਡੇ ਭਲਾ ਕਰਨਗੇ, ਇੱਦਾਂ ਤਾਂ ਨਹੀਂ ਨਾ ਹੋਣਾ। ਹੱਲ ਤਾਂ ਇਹਨਾਂ ਦੀ ਗੱਲ ਸੁਣਨੀ ਪੈਣੀ, ਫਾਈਨੈਂਸ਼ੀਅਲੀ ਇਹਨਾਂ ਨੂੰ ਤੁਸੀਂ ਹੈਲਪ ਕਰਨੀ ਪੈਣੀ। ਹੁਣ ਵਿਚਾਰੀ ਇੱਕ ਨਾਨੀ ਆਈ ਹੋਈ, ਆਪਣਾ ਦੋਤਾ ਚੱਕ ਕੇ ਤੂੰ ਦੇਖੋ ਹੱਥ ਦੇ ਵਿੱਚ ਨਹੀਂ ਠੰਡ 'ਚ, ਜੰਮੂ ਤੋਂ ਆਈ ਹੋਈ ਵਿਚਾਰੀ, ਜਵਾਈ ਉਹਦਾ ਪੁੱਛਦਾ ਨਹੀਂ, ਅਤੇ ਕੁੜੀ ਵਿਚਾਰੀ ਹੋਸਪਿਟਲ ਬੈਠੀ ਹੈ ਦੂਜਾ ਜਵਾਕ ਲੈ ਕੇ, ਅਤੇ ਨਾਨੀ ਇੱਥੇ ਬੈਠੀ ਹੈ। ਹੁਣ ਇਹ ਦੁੱਖਾਂ ਨੂੰ ਕੌਣ ਇਮੈਜਿਨ ਕਰ ਸਕਦਾ? ਇਹ ਤਾਂ ਫੀਲ ਤਾਂ ਕਰਨਾ ਬੜਾ ਮੁਸ਼ਕਲ ਹੈ ਨਾ। ਤਾਂ ਚਲੋ ਜਦੋਂ ਆਪਦੇ ਬੀਤਦੀਆਂ ਵੀ, ਜਦੋਂ ਆਪਾਂ ਖੁਦ ਆਪਣਾ ਘਰ ਦਾ ਐਡਮਿਟ ਹੁੰਦਾ ਡੀ ਐਮ ਸੀ ਜਾਂ ਕਿਸੇ ਹੋਸਪਿਟਲ, ਉਦੋਂ ਪਤਾ ਲੱਗਦਾ ਕਿ ਦੁਆ ਦੀ ਕੀਮਤ ਕੀ ਹੈ। ਉਦੋਂ ਬੰਦਾ ਕਹਿੰਦਾ ਰੱਬਾ ਇੱਕ ਵਾਰੀ ਬਚਾ ਲਾ, ਬਸ ਇੱਕ ਵਾਰੀ ਬਚਾ ਲੈ। ਫਿਰ ਉਹ ਵੀ ਕਹਿੰਦਾ ਤੂੰ ਆਪਣੀ ਵਾਰੀ ਜਦੋਂ ਬਹੁਤ ਖੁਸ਼ ਸੀ ਤੂੰ ਕਿੰਨੇ ਕੁ ਬਚਾਏ ਸੀ। ਤੁਹਾਡੇ ਕੀ ਲੱਗਦੇ ਨੇ, ਤੁਹਾਡੇ ਮਿਸਿਸ ਨੇ? ਇਹਨੂੰ ਲੈ ਕੇ ਜਾਣਾ ਬੜਾ ਪੀ ਜੀ ਆਈ ਹੋਣੀ। ਜੇ ਕਹਿੰਦੇ ਹੋ ਮੈਂ ਐਂਬੂਲੈਂਸ ਕਰਾ ਦਿੰਦਾ, ਐਡਮਿਟ ਕਰਾ ਲਓ, ਪੇਸ਼ੈਂਟ ਦੀ ਕੰਡੀਸ਼ਨ ਥੋੜ੍ਹੀ ਜਿਹੀ ਕ੍ਰਿਟੀਕਲ ਹੈ, ਟ੍ਰੀਟਮੈਂਟ ਦਾ ਜੋ ਖਰਚਾ ਹੋਇਆ ਸਾਰਾ ਅਸੀਂ ਕਰਾ ਦਾਂਗੇ, ਪਰ ਜਾਣਾ ਤੁਹਾਨੂੰ ਆਪ ਹੀ ਪੈਣਾ। ਭੇਜ ਦੀਏ, ਬੈਠੋ, ਭੇਜ ਦੇ, ਹੁਣੀ ਭੇਜ ਦੇ। ਕਿੱਥੋਂ ਆਏ ਤੁਸੀਂ? ਫਾਜ਼ਿਲਕਾ ਤੋਂ? ਹਾਂ ਅਸੀਂ ਕਰਾ ਦਿੰਦੇ, ਕਰਾ ਦਿਓ ਭਾਜੀ ਨਾਲ, ਬੈਠੋ। ਹੁਣ ਫਾਜ਼ਿਲਕਾ ਕਿੰਨੀ ਦੂਰ ਹੋਵੇ, ਉੱਥੋਂ ਸਪੈਸ਼ਲ ਆਏ ਹੋਏ ਨੇ। ਹੁਣ ਜੇ ਇਹੀ ਹਰ ਸ਼ਹਿਰ ਦਾ ਹੈਲਥ ਸਿਸਟਮ ਠੀਕ ਹੋਵੇ ਅਤੇ ਕਿੰਨਾ ਕੀ ਲੋੜ ਹੈ ਇਹਨਾਂ ਨੂੰ ਇੰਨੀ ਦੂਰ ਸਾਡੇ ਕੋਲ ਆਉਣ ਦੀ। ਹੁਣ ਇਹਨਾਂ ਦੀ ਵਾਈਫ ਦਾ ਟ੍ਰੀਟਮੈਂਟ ਇੱਥੋਂ ਚੱਲ ਰਿਹਾ ਬਈ ਆਪਣੇ ਕੋਲੋਂ। ਕੈਂਸਰ ਹੈ ਤੁਹਾਡੀ ਵਾਈਫ ਨੂੰ? ਹਾਂਜੀ, ਕੈਂਸਰ ਹੈ ਤੀਜੀ। ਕੈਂਸਰ ਹੈ ਤੀਜੀ ਸਟੇਜ ਦਾ? ਤਕਰੀਬਨ ਕਿੰਨੀ ਦੇਰ ਤੋਂ ਹੈਲਪ ਲੈ ਰਹੇ ਹੋ ਤੁਸੀਂ ਇੱਥੋਂ? ਅਸੀਂ ਜੀ ਇੱਥੇ ਗਰਮੀਆਂ ਵਾਲੇ ਤੋਂ ਕਿੰਨੇ ਦਿਨਾਂ ਤੋਂ ਹੈਲਪ ਲੈ ਰਹੇ ਹੋ? ਕਿੰਨੇ ਮਹੀਨਿਆਂ ਤੋਂ? ਚਾਰ ਪੰਜ ਮਹੀਨਿਆਂ ਤੋਂ। ਕੈਂਸਰ ਦੀ ਦਵਾਈ ਦਾ ਖਰਚਾ ਫਰੀਦਕੋਟ ਤੋਂ ਚੱਲ ਰਿਹਾ ਇਹਨਾਂ ਦਾ, ਉਹ ਸਾਰਾ ਇੱਥੋਂ ਲੈ ਰਹੇ ਨੇ। ਆਪਰੇਸ਼ਨ ਵੀ ਕੋਈ ਗੱਲ ਨਹੀਂ, ਕਰਾ ਦਿੰਦੇ, ਬੈਠੋ ਤੁਸੀਂ। ਪਰ ਕੁੱਲ ਮਿਲਾ ਕੇ ਇਹ ਹੈ ਕਿ ਬਸ ਜਦੋਂ ਬੰਦਾ ਸ਼ਮਸ਼ਾਨ ਘਾਟ ਜਾਂਦਾ ਨਾ, ਉਦੋਂ ਹੀ ਰੱਬ ਨੂੰ ਯਾਦ ਕਰਦਾ ਬਸ ਕਿ ਮੌਤ ਸੱਚ ਹੈ। ਉਹ ਬਾਹਰ ਨਿਕਲਦੇ ਫਿਰ ਸ਼ੁਰੂ ਹੋ ਜਾਂਦਾ, ਹੈਲੋ ਕਿੱਥੇ ਆ, ਚੱਲ ਇੱਥੇ। ਮੈਨੂੰ ਲੱਗਦਾ ਕਿ 24 ਘੰਟੇ ਦਿਮਾਗ 'ਚ ਰਹਿਣਾ ਚਾਹੀਦਾ ਕਿ ਮੌਤ ਸੱਚ ਹੈ। ਔਰ ਮੈਂ ਨਹੀਂ ਕਹਿੰਦਾ ਕਿ ਸਾਰਾ ਲਟਾ ਦਿਓ ਕਿ ਤੁਸੀਂ ਘਰ ਬਾਰ ਲਿਖਾ ਦਿਓ ਆਪਣਾ ਐਨ ਜੀ ਓ ਨੂੰ ਨਾਮ, ਪਰ ਐਟਲੀਸਟ ਵੰਸ ਇਨ ਅ ਮੰਥ, ਵੰਸ ਇਨ ਅ ਈਅਰ। ਹਾਂ, ਔਰ ਭਾਅ ਜੀ ਇੰਨੀ ਪਾਪੂਲੇਸ਼ਨ ਹੈ ਲੁਧਿਆਣੇ ਦੀ, ਚੰਡੀਗੜ੍ਹ ਦੀ, ਮੋਹਾਲੀ ਦੀ, ਕਿੱਡੀ ਪੰਜਾਬ ਹੈ।
ਮਤਲਬ ਆਪਾਂ ਬਸ ਇਲਜ਼ਾਮ ਲਾਉਣ ਨੂੰ ਬੈਠੇ ਹਾਂ, ਉਹ ਗਲਤ ਆ, ਉਹ ਗਲਤ ਆ, ਉਹ ਗਲਤ ਆ, ਉਹ ਗਲਤ ਆ। ਇੱਥੇ ਹੁਣ ਆਹ ਲੱਗਦਾ ਰੋਜ਼ ਬਾਈ ਇੱਥੇ ਆਹ ਸੈਟਅਪ ਜਿਹਾ, ਤੁਸੀਂ ਇੱਥੇ ਆ ਕੇ ਬਹਿ ਕੇ ਐਜ਼ ਅ ਵਲੰਟੀਅਰ ਹੀ ਸੇਵਾ ਕਰ ਲਓ। ਕਿੰਨੀ ਯੂਥ ਹੈ ਆਖੇ ਜੀ, ਕੰਮ ਹੈ ਨਹੀਂ ਪੰਜਾਬ 'ਚ, ਵਿਹਲੇ ਵੀ ਬੈਠੇ ਹੋ, ਅਤੇ ਇੱਥੇ ਸਾਨੂੰ ਕੁਰਸੀ ਅਡਾਉਣ ਨੂੰ ਕਈ ਵਾਰ ਵਲੰਟੀਅਰ ਨਹੀਂ ਮਿਲਦਾ, ਕਈ ਵਾਰ ਮਰੀਜ਼ ਨੂੰ ਕੁਛ ਸਮਝਾਉਣਾ ਪੈਂਦਾ ਕਿ ਇੱਥੇ ਜਾਣਾ, ਆਹ ਐਡਰੈਸ ਆ, ਉਹਦੇ ਵਾਸਤੇ ਵਲੰਟੀਅਰ ਨਹੀਂ ਮਿਲਦਾ। ਹੁਣ ਇਹਦੇ 'ਚ ਦੋਸ਼ ਕਿਹਦਾ ਕੱਢੂਗੇ ਤੁਸੀਂ? ਹਾਂ, ਇੱਥੇ ਆ ਜਾਓ, 2 ਘੰਟੇ ਕਿੰਨੀ ਕੁ ਗੱਲ ਹੈ, 7 ਤੋਂ 9 ਨਾਲੇ ਮੇਰੇ 'ਤੇ ਨਜ਼ਰ ਰਹੇਗੀ ਕਿ ਕਿਵੇਂ ਮਿਲਦਾ, ਕਿਵੇਂ ਉੱਠਦਾ, ਕਿਵੇਂ ਬੈਠਦਾ। ਜਿਹਨਾਂ ਨੂੰ ਮਤਲਬ ਕਿ ਡਾਊਟਸ ਨੇ ਜਿਹੜੇ, ਨੁਕਸ ਕੱਢ ਲਓ ਅੱਗੇ, ਨੁਕਸ ਕੱਢ ਲਓ ਯਾਰ। ਬਾਈ ਮੈਂ ਅੱਜ ਹੀ ਇੱਥੇ ਆ ਕੇ ਖੜੋ, ਅੱਜ ਹੀ ਤੁਹਾਨੂੰ ਦੱਸੋ ਵੀ ਬਾਈ ਤੁਸੀਂ ਆਹ ਗਲਤ ਕਰ ਰਹੇ ਹੋ, ਇਹਨੇ ਲਈ ਵੀ ਨਹੀਂ ਕੋਈ ਆਉਂਦਾ। ਅੱਜ ਹੀ ਮੈਂ ਵੀਡੀਓ ਪਾ ਕੇ ਹਟਿਆ, ਉਹਦੇ 'ਚ ਮੈਂ ਇਹੀ ਕਿਹਾ ਕਿ ਭਾਈ ਜਿਹੜੇ ਸਵਾਦ ਲੈਣਾ ਚਾਹੁੰਦੇ ਨੇ ਸਾਡੇ ਨਾਲ ਜੁੜ ਕੇ, ਉਹੀ ਆ ਜੂ ਸਵਾਦ ਇਨ ਦਾ ਸੈਂਸ ਆਫ ਕਿ ਆਓ ਬੈਠੋ ਮੀਸਣੇ 'ਚ ਬਣ ਕੇ ਬਹਿ ਜਾਓ ਕਿ ਬਾਈ ਜੀ ਆਹ ਕਿਵੇਂ, ਬਾਈ ਜੀ ਆਹ ਕਿਵੇਂ, ਬਾਈ ਜੀ ਆਹ ਕਿਵੇਂ, ਅਤੇ ਸਵਾਦ ਲਈ ਚੱਲੋ ਨਾਲ, ਅੱਛਾ ਇੱਦਾਂ ਚੱਲ ਰਿਹਾ, ਅੱਛਾ ਉੱਦਾਂ ਚੱਲ ਰਿਹਾ, ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਜਾਣਗੇ। ਪੁੱਛੋ ਤਾਂ ਮੋਹਰੇ ਤਾਂ ਆਓ ਨਾ, ਹੁਣ ਤੁਸੀਂ 1-way ਮੈਚ ਖੇਲੋ, ਘਰੇ ਬਹਿ ਕੇ ਮੈਂ ਹਾਂਜੀ ਬੱਬਲ ਭਾਅ ਜੀ ਮੈਨੂੰ ਆਹ ਸਵਾਲ ਹੈ, ਤੂੰ ਟਾਈਮ ਹੀ ਲੈ ਲੈ, ਨਾਲੇ ਮੈਨੂੰ ਤਾਂ ਮਿਲਣਾ ਵੈਸੇ ਬੜਾ ਸੌਖਾ, 7 ਤੋਂ 9 ਮੋਡਲ ਟਾਊਨ ਰੋਜ਼ ਬਿੰਡ ਨਾਗਾ ਅਸੀਂ ਇੱਥੇ ਆਉਂਦੇ ਹਾਂ, ਅਤੇ ਤੁਸੀਂ ਜਦੋਂ ਮਰਜ਼ੀ ਆ ਜਾਓ ਇੱਥੇ ਹੈਲਪ ਲੈਣ ਲਈ, 'ਚ ਕੀ ਚੱਕਰ। ਮੈਂ ਤਾਂ ਇਹੀ ਰਿਕੁਐਸਟ ਕਰ ਰਿਹਾ ਸਾਰਿਆਂ ਨੂੰ ਕਿ ਭਾਈ ਜਿਹਨੂੰ ਕਿਸੇ ਨੂੰ ਲੋੜ ਹੈ ਹੈਲਪ ਦੀ, ਤਾਂ ਇੱਥੇ ਆਓ, ਆ ਕੇ ਗੱਲਬਾਤ ਕਰੋ, ਡੋਨੇਸ਼ਨ ਕਰਨੀ ਤਾਂ ਵੀ ਆਓ, ਡੋਨੇਸ਼ਨ ਹੈਲਪ ਲੈਣੀ ਤਾਂ ਵੀ ਆਓ, ਸਲਾਹ ਦੇਣੀ ਤਾਂ ਆਓ, ਦੇਖਣੀ ਆ ਜਾਓ ਕਿ ਚਲੋ ਯਾਰ ਕਿਵੇਂ ਕਰ ਰਹੇ ਹੋ ਤੁਸੀਂ, ਕਿੰਨਾ ਕੁ ਔਖਾ, ਮਹੀਨੇ 'ਚ ਇੱਕ ਦਿਨ ਆਉਣਾ, ਸਾਲ 'ਚ ਇੱਕ ਦਿਨ ਆਉਣਾ, ਤਾਂ ਮਤਲਬ ਆਉਣਾ ਚਾਹੀਦਾ ਸਭ ਨੂੰ ਇੱਕ ਇੱਕ ਵਾਰੀ। ਸੈਲੀਬ੍ਰਿਟੀ ਨੂੰ ਬਹੁਤ ਦੁਨੀਆ ਫੋਲੋ ਕਰਦੀ ਆ, ਅਤੇ ਉਹਨਾਂ ਦਾ ਕਿਹਾ ਬੋਲਿਆ ਇੱਕ ਇੱਕ ਬੋਲ ਬਹੁਤ ਮਾਇਨੇ ਰੱਖਦਾ, ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਬੱਬਲ ਰਾਏ ਬਾਈ ਮੇਰੀ ਜ਼ਿੰਦਗੀ ਦੀ ਪਹਿਲੀ ਅਤੇ ਆਖਰੀ ਫਿਲਮ ਇਹਨਾਂ ਨਾਲ ਹੋਈ ਸੀ, ਅਤੇ ਬਾਈ ਨਾਲ ਫਿਲਮ ਕੀਤੀ ਸੀ, ਅੱਜ ਬਾਈ ਇੱਥੇ ਪਹੁੰਚੇ ਨੇ। ਬਹੁਤ ਖੁਸ਼ੀ ਹੈ ਕਿ ਜਦੋਂ ਵੀ ਕੋਈ ਸ਼ਖਸ ਇੱਥੇ ਆਉਂਦੇ ਨੇ ਅਤੇ ਆ ਕੇ ਸੇਵਾ ਦਾ ਯੋਗਦਾਨ ਵੀ ਪਾਉਂਦੇ ਨੇ, ਨਾਲੇ ਸੇਵਾ ਤੋਂ ਵੀ ਜ਼ਿਆਦਾ ਫਾਈਨੈਂਸ਼ਲੀ ਮੈਨੂੰ ਖੁਸ਼ੀ ਹੁੰਦੀ ਜਦੋਂ ਆ ਕੇ ਬਹਿ ਕੇ ਦੇਖਦੇ ਨੇ, ਕਿਉਂਕਿ ਰੀਪ੍ਰਜੈਂਟ ਕਰਦੇ ਨੇ ਲੱਖਾਂ ਲੋਕਾਂ ਨੂੰ, ਕਿਤੇ ਜਾਣਗੇ, ਕਿਤੇ ਬੈਠਣਗੇ, ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲਬਾਤ ਹੁੰਦੀ ਹੈ, ਲੈ ਕਹਿਣਗੇ ਹਾਂ ਭਾਈ ਉੱਥੇ ਐਂ ਕੰਮ ਹੁੰਦਾ, ਜਾਂ ਐਂ ਕੋਈ ਲੋੜਵੰਦ ਮਰੀਜ਼ ਬਾਈ ਦੇ ਸ਼ਹਿਰ 'ਚੋਂ, ਬਾਈ ਦੇ ਪਿੰਡ 'ਚੋਂ, ਖਾਸ ਕਰ ਵੀਰੇ ਦਾ ਕੋਈ ਫੈਨ। ਕਈ ਵਾਰ ਬੜੀਆਂ ਗੱਲਾਂ ਫੈਲਦੀਆਂ ਨੇ ਕਿ ਬੰਦਾ ਆਪਣੇ ਫੈਨਸ ਲਈ ਕੀ ਕਰਦਾ, ਤਾਂ ਮੈਂ ਰਿਕੁਐਸਟ ਕਰਨਾ ਚਾਹੁੰਦਾ ਕਿ ਜਿੰਨੇ ਵੀ ਸੈਲੀਬ੍ਰਿਟੀਆਂ ਦੇ ਕੋਈ ਫੈਨਸ ਨੇ, ਕੋਈ ਮੈਡੀਕਲੀ ਤਕਲੀਫ ਹੈ ਤੁਹਾਡੇ ਘਰੇ, ਤੁਸੀਂ ਪਲੀਜ਼ ਸਾਨੂੰ ਕੰਟੈਕਟ ਕਰੋ। ਬਾਕੀ ਵੀਰ ਆਪਣਾ ਤੁਹਾਨੂੰ ਤਜਰਬਾ, ਫੀਡਬੈਕ ਕਿ ਕਿਵੇਂ ਲੱਗਿਆ ਇੱਥੇ, ਕੀ ਸਿਸਟਮ ਹੈ, ਉਹ ਆਪਣਾ ਜ਼ਰੂਰ ਸ਼ੇਅਰ ਕਰਨਗੇ ਬਾਈ। ਨਹੀਂ ਜੀ, ਮੈਂ ਅਸੀਂ ਜਿੱਦਾਂ ਅਨਮੋਲ ਦੇ ਦੱਸਿਆ, ਅਸੀਂ ਫਿਲਮ ਕੀਤੀ ਸੀਗੀ ਇਕੱਠਿਆਂ ਨੇ, ਸੋ ਉਦੋਂ ਕਾਫੀ ਖੁੱਲ੍ਹ ਕੇ ਮੇਰੀ ਗੱਲ ਹੋਈ ਅਨਮੋਲ ਦੇ ਨਾਲ, ਕਿਉਂਕਿ ਤਾਂ ਪਿਛਲੇ 9-10 ਸਾਲਾਂ ਤੋਂ ਹੈ ਨਾ ਇਸ ਕੰਮ ਦੇ ਵਿੱਚ ਸੇਵਾ ਕਰ ਰਿਹਾ ਸਾਰਿਆਂ ਦੀ, ਔਰ ਬਹੁਤ ਸੈਲਫਲੈਸਲੀ ਕਰ ਰਿਹਾ ਹੈ ਨਾ, ਅਤੇ ਉਦੋਂ ਵੀ ਅਨਮੋਲ ਜੀ ਮੈਨੂੰ ਦੱਸਿਆ ਸੀਗਾ ਕਿ ਬਹੁਤ ਦਿੱਕਤਾਂ ਵੀ ਆਉਂਦੀਆਂ ਨਾ, ਜਿਵੇਂ ਲੋਕ ਨੁਕਸ ਕੱਢਣ ਵਾਲੇ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਨਹੀਂ ਜੀ ਇਹ ਪੈਸੇ ਆ ਜਿਹੜੇ ਲੋੜਵੰਦਾਂ ਦੇ ਨਹੀਂ ਵਰਤੇ ਜਾਂਦੇ, ਵਿੱਚੋਂ ਕੋਈ ਅਪ ਡਾਊਨ ਹੋ ਸਕਦਾ ਹੈ ਨਾ, ਸੋ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਦਾਂ ਦੇ ਬੇਬੁਨਿਆਦ ਜਿਹੇ ਨੁਕਸ ਨਹੀਂ ਕੱਢਣੇ ਚਾਹੀਦੇ ਨਾ, ਜੇ ਕੋਈ ਬੰਦਾ ਚੰਗਾ ਕੰਮ ਕਰ ਰਿਹਾ ਤਾਂ ਉਹਨੂੰ ਤੁਸੀਂ ਜੇ ਸਾਥ ਨਹੀਂ ਦੇ ਸਕਦੇ ਤਾਂ ਆਪਾਂ ਨੂੰ ਉਹਦੀ ਲੱਤ ਨਹੀਂ ਖਿੱਚਣੀ ਚਾਹੀਦੀ ਨਾ। ਅਤੇ ਮੈਨੂੰ ਹੁਣ ਇੱਥੇ ਆ ਕੇ ਸੱਚੀ ਇਹ ਫੀਲ ਹੋ ਰਿਹਾ ਕਿ ਮੈਨੂੰ ਉਦੋਂ ਵੀ ਮੈਂ ਕਿਹਾ ਸੀਗਾ ਕਿ ਮੈਂ ਆ ਕੇ ਜਾਊਂਗਾ ਹੈ ਨਾ, ਮੇਰੇ ਤੋਂ ਮਤਲਬ ਮੈਨੂੰ ਲੱਗ ਰਿਹਾ ਹੁਣ ਕਿ ਮੈਨੂੰ ਪਹਿਲਾਂ ਆਉਣਾ ਚਾਹੀਦਾ ਸੀਗਾ ਬਹੁਤ, ਪਰ ਮੈਂ ਹੁਣ ਕੋਸ਼ਿਸ਼ ਕਰੂੰਗਾ ਕਿ ਜਿੰਨਾ ਵੀ ਮੇਰੇ ਤੋਂ ਜੁੜਿਆ ਰਹਿ ਸਕੇ ਵੀਰੇ ਉਹਨਾਂ ਦੇ ਨਾਲ ਜਾਂ ਇਹਨਾਂ ਦੀ ਟੀਮ ਦੇ ਨਾਲ ਕਿਸੇ ਵੀ ਰੂਪ ਦੇ ਵਿੱਚ ਹੈ ਨਾ, ਤਾਂ ਮੈਂ ਆਪਣਾ ਕੰਟਰੀਬਿਊਸ਼ਨ ਜਿਹੜਾ ਹੁਣ ਵੀ ਬਣਦਾ ਦੇ ਕੇ ਜਾਊਂਗਾ ਜੀ ਦਿੱਤਾ ਹੈ ਨਾ, ਅਤੇ ਅੱਗੇ ਵੀ ਮੇਰੀ ਕੋਸ਼ਿਸ਼ ਰਹੂਗੀ ਵੀਰੇ ਵੀ, ਮਤਲਬ ਮੈਂ ਕੈਮਰੇ ਲਈ ਨਹੀਂ, ਅਰੇ ਨਹੀਂ ਨਹੀਂ ਮੈਂ ਸਮਝ ਸਕਦਾ ਤੁਹਾਡਾ ਆਉਣਾ ਹੀ ਬਹੁਤ ਵੱਡੀ ਗੱਲ ਹੈ ਬਈ। ਮੈਂ ਹਰ ਬੰਦੇ ਨੂੰ ਇਹ ਰਿਕੁਐਸਟ ਕਰਦਾ, ਬਲਾਈਂਡ ਟਰੱਸਟ ਨਹੀਂ ਕਰਨਾ ਕਦੀ ਕਿਸੇ 'ਤੇ, ਬਲਾਈਂਡ ਫੈਨ ਕੱਟੜ ਫੈਨ ਦੇ ਤਾਂ ਮੈਂ ਬਹੁਤ ਖਿਲਾਫ ਹਾਂ ਕਿ ਤੁਸੀਂ ਮੇਰੀ ਮੈਨੂੰ ਕੋਈ ਯਾਰ ਮੈਂ ਜਿਵੇਂ ਕੱਪੜੇ ਪਾਉਣਾ ਜਾਂ ਮੈਂ ਜੋ ਬੋਲਦਾ ਸਭ ਸਹੀ ਹੈ, ਨਹੀਂ ਹਰ ਬੰਦੇ ਦੇ ਆਪਣੇ ਆਪਣੇ ਵਿਚਾਰ ਨੇ। ਇੱਕ ਬੰਦੇ ਨੂੰ ਜੇ ਕਿਸੇ ਬੰਦੇ 'ਤੇ ਤੁਸੀਂ ਕੋਈ ਸਟੇਟਮੈਂਟ ਦੇਣੀ ਹੁੰਦੀ, ਉਹਨੂੰ ਪੂਰਾ ਸੁਣੋ ਪਹਿਲਾਂ 10 ਦਿਨ ਲਾ ਕੇ ਕੀ ਵਿਚਾਰਧਾਰਾ ਹੈ, ਕੀ ਕੰਮ ਹੈ ਇਹਦਾ, ਕੀ ਕਰਮ ਹੈ, ਕੀ ਸੋਚ ਹੈ, ਉਸ ਤੋਂ ਬਾਅਦ ਕੋਈ ਵੀ ਸਟੇਟਮੈਂਟ ਦਿਓ। ਮੈਂ ਰਿਕੁਐਸਟ ਕਰਨਾ ਚਾਹੁੰਦਾ ਪੰਜਾਬ ਦੀ ਯੂਥ ਨੂੰ, ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ, ਬਹੁਤ ਗੱਲਾਂ ਚੱਲਦੀਆਂ ਨਾ ਪੰਜਾਬ ਬਚਾਲੋ ਪੰਜਾਬ ਬਚਾਲੋ, ਦੱਸੋ ਕਿਵੇਂ ਬਚਾਉਣਾ, ਤੁਸੀਂ ਆਪਣੀ ਯੋਗਦਾਨ ਦੱਸੋ ਕਿ ਸਾਡੇ ਵੱਲੋਂ ਚਾਹੁੰਦੇ ਕੀ ਹੋ। ਤਾਂ ਇੱਥੇ ਮੈਡੀਕਲੀ ਸੇਵਾ ਚੱਲ ਰਹੀ ਹੈ ਪੰਜਾਬ 'ਚ, ਹੈਲਥ ਸਿਸਟਮ ਖਰਾਬ ਹੈ ਤਾਂ ਹੀ ਅਸੀਂ ਬੈਠੇ ਹਾਂ ਨਾ,
ਜੇ ਸਹੀ ਹੋਵੇ ਇਲਾਜ ਹੁੰਦਾ ਹੋਵੇ ਸਾਨੂੰ ਕੀ ਲੋੜ ਪਈ ਆਪਣਾ ਘਰ ਬਾਰ ਛੱਡ ਕੇ ਇੱਥੇ ਬੈਠਣ ਦੀ? ਕੀ ਲੋੜ ਪਈ ਲੋਕਾਂ ਨੂੰ ਟੈਕਸ ਵੀ ਦੇਣ ਅਤੇ ਦਾਨ ਵੀ ਦੇਣ, ਜਾਂ ਟੈਕਸ ਦੇ ਲੈਣ ਜਾਂ ਦਾਨ ਦੇ ਦੇਣ? ਦੋਨੋਂ ਚੀਜ਼ਾਂ ਦੇਣ ਦੀ ਕੀ ਲੋੜ ਹੈ? ਟੈਕਸ ਵੀ ਤਾਂ ਇੱਕ ਤਰ੍ਹਾਂ ਦਾ ਦਾਨ ਹੀ ਆ ਸਰਕਾਰ ਨੂੰ ਕਿ ਆ ਲਓ ਜੀ ਤੁਸੀਂ ਕੁਛ ਪਰਸੈਂਟ ਫੜੋ ਸਾਡੀ ਇਨਕਮ ਦੀ ਅਤੇ ਸਾਨੂੰ ਵਧੀਆ ਇੰਫਰਾਸਟਰਕਚਰ, ਵਧੀਆ ਹੋਸਪਿਟਲਸ, ਵਧੀਆ ਸਕੂਲਸ ਦੇ ਦਿਓ। ਅਤੇ ਜੇ ਉਹ ਸਰਕਾਰ ਨਹੀਂ ਦੇ ਪਾਉਂਦੀ ਤਾਂ ਫਿਰ ਲੋਕ ਦਾਨ ਤਾਂ ਹੀ ਦਿੰਦੇ ਨੇ ਨਾ ਕਿ ਕਿਸੇ ਨੂੰ ਦਵਾਈ ਲੈ ਦਿਓ, ਕਿਸੇ ਦਾ ਓਪਰੇਸ਼ਨ ਕਰਾ ਦਿਉ। ਮੈਂ ਰਿਕੁਐਸਟ ਕਰਨਾ ਚਾਹੁੰਦਾ ਕਿ ਜਿਵੇਂ ਵੀਰਾ ਆਇਆ ਤੁਸੀਂ ਵੀ ਆਓ, ਟਾਈਮ ਕੱਢ ਕੇ ਆਪਣਾ 7-9 ਮਾਡਲ ਟਾਊਨ ਅਸੀਂ ਬੈਠਦੇ ਹਾਂ, ਕੁਛ ਨਾ ਕਰਨਾ ਉਹ ਡਾਊਟਸ ਕਲੀਅਰ ਕਰਨੀ ਆ ਜਾਓ, ਇਕੱਲਾ ਦੇਖਣ ਹੀ ਆ ਜਾਓ ਕਿ ਕਿਵੇਂ ਕੰਮ ਚੱਲ ਰਿਹਾ, ਕੀ ਸਟ੍ਰੈਟਜੀ ਹੈ, ਕਿੱਦਾਂ ਕੀ ਹੋ ਰਿਹਾ, ਸਾਨੂੰ ਸਲਾਹ ਦੇ ਕੇ ਜਾਓ ਕਿ ਅਸੀਂ ਹੋਰ ਬੈਟਰ ਕਿਵੇਂ ਬਣੀਏ। ਬਾਕੀ 11 ਆਪਾਂ ਜਿਵੇਂ ਸੋਰੀ ਤੁਹਾਡੀ ਜੀ ਗੱਲ ਕੱਟ ਰਹੇ, ਅਸੀਂ ਹੁਣ ਆਪਾਂ ਗੱਲ ਕਰ ਰਹੇ ਬੈਠੇ ਕਿ ਜ਼ਰੂਰੀ ਨਹੀਂ ਹੈਗਾ ਆਪਾਂ ਪੈਸਿਆਂ ਨਾਲ ਹੀ ਹੈਲਪ ਕਰ ਸਕਦੇ ਹਾਂ ਨਾ, ਜਿੱਦਾਂ ਆਪਾਂ ਨੂੰ ਪਤਾ ਕਿ ਆਪਾਂ ਕਹਿੰਦੇ ਰਹਿੰਦੇ ਕਿ ਸਾਨੂੰ ਕਰਨ ਨੂੰ ਨਹੀਂ ਕੁਛ ਲੱਭਦਾ ਹੈਗਾ। ਸੋ ਆਪਣੇ ਕੋਲ ਸਮਾਂ ਬਹੁਤ ਵੱਡੀ ਚੀਜ਼ ਆ ਨਾ, ਜਿਵੇਂ ਤੁਹਾਨੂੰ ਬਹੁਤ ਜ਼ਿਆਦਾ ਮੈਂ ਦੇਖਦਾ ਉਹਦੇ ਮੈਨ ਪਾਵਰ ਦੀ ਲੋੜ ਆ ਕਿ ਕੋਈ ਪੇਸ਼ੈਂਟ ਆਉਂਦਾ ਪਹਿਲਾਂ ਉਹਨੂੰ ਮਤਲਬ ਟਰੇਸ ਕਰਨਾ ਕਿ ਉਹ ਜੈਨੂਅਨ ਆ, ਉਹਦੇ ਘਰੇ ਜਾਣਾ, ਇਨਕੁਆਇਰੀ ਕਰਨੀ, ਉਹਨੂੰ ਛੱਡ ਕੇ ਆਉਣਾ, ਸਾਰਾ ਇਨਕੁਆਇਰੀ ਕਰਨੀ, ਫਿਰ ਇਕੱਲੇ ਇਕੱਲੇ ਬੰਦੇ ਦਾ ਡਾਕਟਰਸ ਤੋਂ ਫੋਲੋ ਅਪ ਲੈਣਾ। ਸੋ ਜੇ ਤੁਸੀਂ ਆਪਣਾ ਮਤਲਬ ਹਫ਼ਤੇ ਦਾ ਇੱਕ ਦਿਨ ਜਾਂ ਥੋੜ੍ਹਾ ਸਮਾਂ ਜਿੰਨਾ ਵੀ ਕੱਢ ਲਵੋ ਉਹ ਵੀ ਕਿਸੇ ਨਾ ਕਿਸੇ ਲੇਖੇ ਲੱਗੂਗਾ, ਬਹੁਤ ਹੈਲਪਫੁਲ ਹੋ ਜੂਗਾ ਨਾ ਜੀ। ਬਿਲਕੁਲ ਸਹੀ ਗੱਲ, ਅਪੀਲ ਕਰਦਾ ਅਤੇ ਸਾਡੇ ਦੇਖੇ ਕਹੇ ਅਤੇ ਕੋਈ ਇੱਕ ਬੰਦਾ ਵੀ ਇਹਨਾਂ ਨਾਲ ਜੁੜਦਾ ਤਾਂ ਮੈਨੂੰ ਲੱਗਦਾ ਕਿ ਬਹੁਤ ਵੱਡੀ ਗੱਲ ਹੋਗੀ। ਥੈਂਕ ਯੂ ਸੋ ਮਚ ਬਾਈ, ਤੁਸੀਂ ਆਏ ਹੋ, ਮੈਂ ਸ਼ੁਕਰਗੁਜ਼ਾਰ ਹਾਂ ਬਾਈ ਦੀ ਪੂਰੀ ਟੀਮ ਦਾ। ਔਰ ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦਾ, ਪੰਜਾਬ ਸਾਡਾ ਸਭ ਦਾ ਸਾਂਝ ਹੈ, ਸਾਰੇ ਧਰਮਾਂ ਤੋਂ ਉੱਪਰ ਉੱਠ ਕੇ, ਸਾਰੀਆਂ ਜਾਤਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਬਚਾਈਏ। ਇਨਸਾਨ ਹੀ ਨਾ ਰਹੇ, ਜਾਤ ਨੂੰ ਕੀ ਕਰੂੰਗਾ, ਧਰਮ ਨੂੰ ਕੀ ਕਰੂੰਗਾ? ਧਰਮ ਵੀ ਤਾਂ ਹੀ ਹੈ ਨਾ ਜੇ ਲੋਕ ਜ਼ਿੰਦਾ ਨੇ, ਅਤੇ ਲੋਕ ਮਰ ਰਹੇ ਨੇ ਬਿਨਾਂ ਇਲਾਜ ਤੋਂ, ਉਹਨਾਂ ਕੋਲ ਇਲਾਜ ਨਹੀਂ ਹੈ, ਆਪਣੇ ਡਿਪਰੈਸ਼ਨ ਦੇ ਸ਼ਿਕਾਰ ਹੋਏ ਪਏ ਨੇ। ਇੱਕ ਧੀ ਸਾਡੇ ਕੋਲ ਬੈਠੀ ਵਿਚਾਰੀ, ਪੜ੍ਹਾਈ ਛੱਡੀ ਬੈਠੀ ਹੈ, ਉਹ ਹੈ ਛੋਟੀ ਉਮਰ ਦੇ ਵਿੱਚ, ਮਾਂ ਬਿਮਾਰ ਹੈ ਬੈੱਡ 'ਤੇ ਹੈ, ਉਹਨੂੰ ਆਪਣਾ ਜਨਮ ਦਿਨ ਨਹੀਂ ਯਾਦ। ਸੋਚੋ ਅੱਜ ਕੱਲ੍ਹ ਬੱਚੇ, ਮੇਰਾ ਬਰਥਡੇ ਆ ਰਿਹਾ ਜੀ, ਪਾਪਾ ਮੇਰੇ ਕੋਲ ਐਲਵੀ ਲੈ ਕੇ ਦਿਓ, ਮੇਰੇ ਕੋਲ ਗੁੱਚੀ ਲੈ ਕੇ ਦਿਓ, ਮੇਰੇ ਕੋਲ ਇਹ ਲੈ ਕੇ ਦਿਓ, ਆਪਣੇ ਅੱਜ ਹਰ ਬੱਚੇ ਬੰਦੇ ਨੂੰ ਟੈਨਸ਼ਨ ਆ ਬਈ ਮੈਂ ਆਪਣੇ ਬੱਚੇ ਦੀ ਪਰਵਰਿਸ਼ ਕਿਵੇਂ ਕਰਾਂ, ਕਿਉਂਕਿ ਹਰ ਬੱਚਾ ਚੜ੍ਹਦੇ ਤੋਂ ਚੜ੍ਹਦੇ ਸਕੂਲ ਪੜ੍ਹਦਾ, ਚੜ੍ਹਦੇ ਤੋਂ ਚੜ੍ਹਦੇ ਉਹਦਾ ਸਰਕਲ ਨੇ। ਜੇ ਤੁਸੀਂ ਆਪਣੇ ਬੱਚੇ ਨੂੰ ਆਈਫੋਨ 10X ਲੈ ਕੇ ਦੇ ਰਹੇ ਹੋ, ਕਹਿੰਦਾ ਮੇਰੇ ਦੋਸਤ ਕੇ ਪਾਸ 11 ਹੈ, ਮੇਰੇ ਦੋਸਤ ਕੇ ਪਾਸ ਤੋਂ 14 ਹੈ, ਤਾਂ ਸਭ ਤੋਂ ਵਧੀਆ ਚੀਜ਼ ਪਰਵਰਿਸ਼ 'ਚ ਐਡ ਔਨ ਕਰੋ, ਉਹਨਾਂ ਨੂੰ ਆਪਣੇ ਤੋਂ ਨੀਵੇਂ ਦਿਖਾਓ। ਇੱਕ ਬੱਚੀ ਮੈਂ ਦਿਖਾਈ ਹੋਣੀ ਬਾਈ ਨੂੰ, ਉਹਨੂੰ ਆਪਣਾ ਜਨਮ ਦਿਨ ਨਹੀਂ ਯਾਦ ਯਾਰ। ਮੇਰੇ ਲਈ ਵੀ ਸ਼ੌਕਿੰਗ ਹੈ ਕਿ ਲੋਕ ਆਪਣੇ ਜਨਮਦਿਨ 'ਤੇ ਲੱਖਾਂ ਕਰੋੜਾਂ ਰੁਪਇਆ ਫੂਕ ਦਿੰਦੇ ਆ ਕਿ ਮੇਰਾ ਜਨਮਦਿਨ ਹੈ, ਆ ਫੜ ਸ਼ੈਂਪੀਅਨ ਦੀ ਬੋਤਲ, ਆ ਫੜ ਦਾਰੂ ਦੀ ਬੋਤਲ, ਪਰ ਇੱਕ ਇੱਥੇ ਬੱਚਾ ਆਇਆ ਜਿਹਨੂੰ ਆਪਣਾ ਜਨਮਦਿਨ ਹੀ ਨਹੀਂ ਯਾਦ, 14-15 ਸਾਲ ਉਹਦੀ ਉਮਰ ਹੈ, ਬਸ ਉਹਦੇ ਘਰ ਦੀ ਮਜਬੂਰੀ ਹੈ। ਇਹ ਚੀਜ਼ਾਂ ਮੈਂ ਤੁਹਾਨੂੰ ਫੀਲ ਕਰਾਉਣਾ ਚਾਹੁੰਦਾ ਘਰੇ ਬੈਠਿਆਂ ਨੂੰ, ਫੀਲ ਕਰੋ ਅਤੇ ਇਨਸਾਨ ਹੋਣ ਦੇ ਨਾਤੇ ਇੱਥੇ ਆਓ। ਥੈਂਕ ਯੂ ਭਾਅ ਜੀ, ਬਹੁਤ ਧੰਨਵਾਦ ਬਾਈ, ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ, ਤੁਸੀਂ ਆਏ ਹੋ ਔਰ ਐਂ ਹੀ ਤੁਸੀਂ ਆਉਂਦੇ ਰਹੋ। ਥੈਂਕ ਯੂ ਭਾਅ ਜੀ, ਥੈਂਕ ਯੂ। ਜਿਹੜੀ ਇਹ ਸੇਵਾ ਲੱਗੀ ਬਸ ਤੁਹਾਡੀ ਇਹ PGI ਇਸ ਪੇਸ਼ੈਂਟ ਨੂੰ ਲੱਗੇਗੀ, ਇਹਨਾਂ ਨੂੰ ਜੌਂਡਿਸ, ਠੀਕ ਹੈ? ਥੈਂਕ ਯੂ ਸਰ, ਆ ਜਾਓ ਭਾਅ ਜੀ, ਭਾਅ ਜੀ ਇੱਕ ਪੈਕ ਇਹਨਾਂ ਨੂੰ ਦੇ ਦਿਓ, ਇਹਨੂੰ ਬੁਲਾਇਆ ਸੀਗਾ, ਇਹਨਾਂ ਨੂੰ ਦੇ ਦਿਓ ਭਾਅ ਜੀ। ਇਹ ਲੜਕੀ ਦਾ ਨਾਮ ਹੈ ਅੰਜੀਲਾ ਦੇਵੀ, ਕਿਡਨੀ ਫੇਲੀਅਰ ਹੈ ਪੇਸ਼ੈਂਟ, ਇਹਨਾਂ ਦੇ ਨਾ ਇਹ ਪਿਸ਼ੁਲਾ ਵੀ ਪਏ ਆ, ਕਾਫੀ ਚੀਜ਼ਾਂ ਜਿਵੇਂ ਸੈਂਟਰ ਲਾਈਨ ਬਾਰ ਬਾਰ ਪੈਂਦੀ ਹੈ, ਬਲੌਕ ਹੋ ਜਾਂਦੀ ਹੈ ਬਿਲਕੁਲ, ਇਹਨਾਂ ਦੀ ਨਸਾਂ ਸਾਰੀਆਂ ਬਲੌਕ ਹੋਈਆਂ ਹੋਈਆਂ, ਡਾਇਲਸਿਸ ਕਰਨ ਵਾਸਤੇ ਮਤਲਬ ਸੂਈ ਲਗਾਉਣ ਵਾਸਤੇ ਜਗ੍ਹਾ ਵੀ ਨਹੀਂ ਹੈਗੀ। ਹੁਣ ਦੁਬਾਰਾ ਫਿਰ ਕੱਲ੍ਹ PGI ਤੋਂ ਕਰਵਾ ਕੇ ਆਏ ਆ ਅਤੇ ਇਹਨਾਂ ਦੇ ਡਾਇਲਸਿਸ ਜਿੱਥੋਂ ਆਉਂਦੇ ਆ, ਤੁਹਾਡੀ ਸੇਵਾ ਉੱਥੇ ਲੱਗੇਗੀ ਜੀ, ਠੀਕ ਹੈ ਸਰ? ਇੱਕ ਸਰ ਇਹਨਾਂ ਨੂੰ ਦੇ ਦਿਓ ਇੱਕ ਪੈਕ। ਇਹਨਾਂ ਦਾ ਪੇਸ਼ੈਂਟ ਹੈ ਜੀ, ਫਰੀਦਕੋਟ ਦੇ ਵਿੱਚ ਇਲਾਜ ਚੱਲ ਰਿਹਾ, ਸਰਦਾਰ ਜੀ ਜਿਹੜੇ ਉਹ ਪਿੱਛੇ ਜਿਹੜੇ ਬੈਠੇ ਉਹ ਮਿਲੇ ਸੀ ਤੁਹਾਨੂੰ, ਅਤੇ ਇਹ ਪੈਸੇ ਇਹ ਫਰੀਦਕੋਟ ਉਹਨਾਂ ਦੇ ਇਲਾਜ ਦੇ ਕੰਮ ਆਉਣਗੇ ਜੀ। ਇਹਨਾਂ ਨੂੰ ਦੇ ਦਿਓ ਸਰ, ਦੋਨੋਂ ਪੈਕਟ ਇਹਨਾਂ ਨੂੰ ਦੇ ਦਿਓ। ਇਹ ਪੇਸ਼ੈਂਟ ਦਾ ਨਾਮ ਕੁਲਦੀਪ ਸਿੰਘ ਹੈ ਸਰ, ਅਤੇ ਇਹਨਾਂ ਦੇ ਡਾਇਲਸਿਸ ਹੁੰਦੇ, ਕਿਡਨੀ ਫੇਲੀਅਰ ਪੇਸ਼ੈਂਟ ਹੈ,
ਜਿੰਨੇ ਵੀ ਪੇਸ਼ੈਂਟ ਇੱਧਰ ਬੈਠੇ ਦੇਖ ਰਹੇ ਹੋ ਤੁਸੀਂ, ਇਹ ਸਾਰੇ ਕਿਡਨੀ ਫੇਲੀਅਰ ਪੇਸ਼ੈਂਟ ਨੇ। ਇੰਨਾ ਡਾਇਲਸਿਸ ਹੁੰਦੇ, ਇੱਕ ਦਿਨ ਡਾਇਲਸਿਸ ਹੁੰਦਾ, ਇੱਕ ਦਿਨ ਘਰ, ਇੱਕ ਦਿਨ ਡਾਇਲਸਿਸ, ਇੱਕ ਦਿਨ ਘਰ, ਇਹ ਸਿਸਟਮ ਹੈ। ਟੋਟਲ ਲੁਧਿਆਣੇ ਦੇ ਵਿੱਚ 50 ਪੇਸ਼ੈਂਟ ਕੁਰਸੀ ਤੇ ਬੈਠੋ ਤੇ 10 ਮਿੰਟ ਫੇਲੀਅਰ, ਜਿਨ੍ਹਾਂ ਦੇ ਰੈਗੂਲਰ ਡਾਇਲਸਿਸ ਹੁੰਦੇ ਪੂਰੇ ਪੰਜਾਬ ਵਿੱਚ 100+ ਪੇਸ਼ੈਂਟ ਆਪਣੇ ਕੋਲ ਚੱਲਦਾ ਡਾਇਲਸਿਸ ਦਾ। ਇੱਕ ਡਾਇਲਸਿਸ 800 ਦਾ ਹੁੰਦਾ, ਦੂਜਾ ਡਾਇਲਸਿਸ 1200 ਰੁਪਏ ਦਾ ਹੁੰਦਾ। ਰੈਗੂਲਰ ਅਖੀਰਲੇ ਸਾਲ ਤੱਕ ਇਹਨਾਂ ਦੇ ਡਾਇਲਸਿਸ ਹੀ ਚੱਲਣੇ ਆ। ਇੱਕੋ ਹੀ ਹੱਲ ਹੈ ਬਸ, ਕਿਡਨੀ ਟ੍ਰਾਂਸਪਲਾਂਟ। ਇਹਨਾਂ ਕੋਲ ਕਿਸੇ ਕੋਲ ਕਿਡਨੀ ਡੋਨਰ ਨਹੀਂ ਗਾ ਫਿਲਹਾਲ। ਸਭ ਦਾ ਨਾਮ ਲਿਖਾਇਆ ਹੈ PGI ਦੇ ਵਿੱਚ। ਜੇ ਕੋਈ ਗੌਰਮੈਂਟ ਵੱਲੋਂ ਕਿਡਨੀ ਮਿਲਦੀ, ਜਿਵੇਂ ਕੋਈ ਕੋਮਾ ਵਾਲਾ ਪੇਸ਼ੈਂਟ ਹੁੰਦਾ, ਤਾਂ ਇਹਨਾਂ ਦਾ ਉਸੇ ਟਾਈਮ ਹੀ ਓਪਰੇਸ਼ਨ ਹੋ ਜਾਏਗਾ। ਜਿਹੜੀ ਵੀ ਸੇਵਾ ਤੁਸੀਂ ਦੇ ਕੇ ਜਾ ਰਹੇ ਹੋ ਹੋਸਪਿਟਲ ਦੇ ਵਿੱਚ ਜਮ੍ਹਾਂ ਹੋ ਜਾਂਦੀ ਹੈ। ਪੇਸ਼ੈਂਟ ਕੋਈ ਪੈਸਾ ਨਹੀਂ ਰਹਿੰਦਾ, ਪੇਸ਼ੈਂਟ ਆਪਣੀ ਅਪਾਇੰਟਮੈਂਟ ਲੈ ਕੇ ਹੋਸਪਿਟਲ ਜਾ ਕੇ ਆਪਣਾ ਇਲਾਜ ਕਰਵਾਉਂਦਾ। ਠੀਕ ਹੈ ਭਾਅ ਜੀ, ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਭਾਅ ਜੀ।